ਜੋ ਜਿਸ ਨਬੀ ਦਾ ਅਸਾਂ ਕਲਮਾ ਪੜ੍ਹਦੇ ਹਾਂ ਉਸ ਨਬੀ ਦੀ ਗੱਲ ਕਰਨਾ ਚਾਹੁੰਦਾ। ਅਗਰ ਕੋਈ ਸਾਹਿਬੇ ਮਿੰਬਰ ਮਿੰਬਰ ਤੋਂ ਐਲਾਨ ਕਰੇ ਜੋ ਮੈਂ ਤੁਹਾਡੇ ਸਾਹਮਣੇ ਕੌਲ ਜਾਂ ਫਰਮਾਨ ਪੇਸ਼ ਕੀਤਾ ਹੈ, ਤਾਂ ਸਮਝੋ ਜਿੰਨਾ ਬਾਰਾਂ ਦੀ ਅਸਾਂ ਇਮਾਮਤ ਦੇ ਕਹਿਲ ਹਾਂ ਉਨ੍ਹਾਂ ਬਾਰਾਂ 'ਚੋਂ ਕਿਸਾ ਇੱਕ ਇਮਾਮ ਦੀ ਗੱਲ ਕਰਨਾ ਚਾਹੁੰਦੇ। ਮੈਂ ਤੁਹਾਡੇ ਸਾਹਮਣੇ ਕੌਲ ਫਰਮਾਨ ਹਦੀਸ ਦੀ ਤਲਾਵਤ ਨਹੀਂ ਕੀਤੀ, ਕੁਰਾਨ ਦੀ ਆਇਤ ਦੀ ਤਲਾਵਤ ਕੀਤੀ। ਅੱਲਾ ਇਸ ਸਾਜ ਤੇ ਇਰਸ਼ਾਦ ਫਰਮਾ ਰਹੇ ਵੇ ਕੁੱਲਾ ਸ਼ੈ ਇਨ ਆਸੈ ਨਾ ਹੋ ਫੀ ਇਮਾਮ ਮੁਬੀਨ। ਮਾਲਕ ਫਰਮਾਇਆ ਮੈਂ ਕੁੱਲ ਸ਼ੈ ਦਾ ਇਲਮ ਇਮਾਮ ਮੁਬੀਨ 'ਚ ਰੱਖ ਛੋੜੇ, ਯਾਨੀ ਅੱਲਾ ਨੇ ਕੁੱਲ ਸ਼ੈ ਦਾ ਇਲਮ ਇਮਾਮ ਮੁਬੀਨ 'ਚ ਰੱਖੇ। ਜਦਾਂ ਇਹ ਆਇਤ ਨਾਜ਼ਲ ਹੋਈ ਹੈ ਤਾਂ ਮੇਰੇ ਮੁਸਤਫਾ ਨੇ ਮਿੱਠੇ ਤੋਂ ਸੋਹਣੇ ਮਦਨੀ ਨੇ ਵੱਲੈਲ ਦੀ ਜ਼ੁਲਫਾਂ ਵਾਲੇ ਰਸੂਲ ਨੇ ਸ਼ਰੀਅਤ ਦੇ ਮਾਲਕ ਨਬੀ ਨੇ ਆਲਮੀਨ ਦੀ ਕੁੱਲੀ ਰਹਿਮਤ ਮੁਸਤਫਾ ਨੇ ਜਿਹੜੇ ਵੇਲੇ ਇਸ ਆਇਤ ਦੀ ਤਲਾਵਤ ਕੀਤੀ ਹੈ ਸਹਾਬਤ ਜਮੇ ਗਫੀਰ 'ਚ, ਤਾਂ ਨਬੀ ਨੇ ਤਲਾਵਤ ਮੁੱਕਦੀ ਗਈ ਹੈ ਸਹਿਬੇ ਦੁਰੇ ਮਨਸੂਰ ਜਿਲ ਨੰਬਰ 1 ਵਾਲੇ ਜੁਮਲੇ ਲਿਖੇ ਨੇ ਕਿ ਹਜ਼ਰਤ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਅਨਹੁ ਹੋ, ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਅਨਹੁ ਹੋ, ਇਹ ਦੋ ਹਸਤੀਆਂ ਮਿੰਬਰ 'ਚੋਂ ਖਲੋਤੀਆਂ, ਇਹਨਾਂ ਨਬੀ 'ਤੇ ਸਵਾਲ ਕੀਤਾ ਯਾ ਰਸੂਲ ਅੱਲਾਹ ਇਹ ਇਰਸ਼ਾਦ ਫਰਮਾਓ ਵੀ ਜਿਸ ਇਮਾਮ ਮੁਬੀਨ 'ਚ ਅੱਲਾਹ ਨੇ ਕੁੱਲ ਸ਼ੈ ਦਾ ਇਲਮ ਰੱਖੇ ਉਹ ਇਮਾਮ ਮੁਬੀਨ ਤੋਂ ਮੁਰਾਦ ਤੌਰੇਤ ਹੈ? ਨਬੀ ਫਰਮਾਇਆ ਨਹੀਂ ਯਾ ਰਸੂਲ ਅੱਲਾਹ, ਉਸ ਤੋਂ ਮੁਰਾਦ ਇੰਜੀਲ ਹੈ? ਨਬੀ ਫਰਮਾਇਆ ਨਹੀਂ। ਯਾ ਰਸੂਲ ਅੱਲਾਹ, ਉਸ ਤੋਂ ਮੁਰਾਦ ਜ਼ਬੂਰ ਹੈ? ਨਬੀ ਫਰਮਾਇਆ ਨਹੀਂ। ਯਾ ਰਸੂਲ ਅੱਲਾਹ, ਉਸ ਤੋਂ ਮੁਰਾਦ ਕੁਰਾਨ ਹੈ? ਨਬੀ ਫਰਮਾਇਆ ਨਹੀਂ। ਮੇਰੇ ਚੁੱਪ ਦੋਸਤੋ, ਮੈਨੂੰ ਮਿੰਬਰ ਦੀ ਅਜ਼ਮਤ ਦੀ ਕਸਮ ਹੈ, ਸਾਹਿਬੇ ਦੁਰੇ ਮਨਸੂਰ ਲਿਖਿਆ ਇਹਨਾਂ ਦੋਹਾਂ ਨਬੀ ਦਾ ਚਿਹਰਾ ਵੇਖ ਕੇ ਆਖਿਆ ਯਾ ਰਸੂਲ ਅੱਲਾਹ, ਇਮਾਮ ਮੁਬੀਨ ਤੋਂ ਮੁਰਾਦ ਤੁਹਾਡੀ ਜ਼ਾਤ ਹੈ? ਨਬੀ ਫਰਮਾਇਆ ਨਹੀਂ। ਜਿਹੜੇ ਵੇਲੇ ਨਬੀ ਨੇ ਇਨਕਾਰ ਕੀਤਾ ਤਾਂ ਆਖਿਆ ਯਾ ਰਸੂਲ ਅੱਲਾਹ, ਇਮਾਮ ਮੁਬੀਨ ਤੋਂ ਮੁਰਾਦ ਤੌਰੇਤ ਨਹੀਂ, ਜ਼ਬੂਰ ਨਹੀਂ, ਇੰਜੀਲ ਨਹੀਂ, ਕੁਰਾਨ ਨਹੀਂ, ਤੁਹਾਡੀ ਜ਼ਾਤ ਨਹੀਂ। ਤਾਂ ਫਿਰ ਇਹ ਇਰਸ਼ਾਦ ਫਰਮਾਓ ਜੋ ਇਮਾਮ ਮੁਬੀਨ ਹੈ ਕੌਣ? ਸਲਾਮਤ ਰਹੋ। ਜ਼ਬਾਨ ਹੱਲੇ ਤਾਂ ਕੋਸ਼ਿਸ਼ ਕਰਨੀ ਹੈ, ਜ਼ਬਾਨ ਨਾ ਹੱਲੇ, ਹਾਂਜੀ, ਤਾਂ ਥੋੜ੍ਹਾ ਥੋੜ੍ਹਾ ਸਾਰਾ ਹੱਲੈਂਦੇ ਰਹੇ ਆਏ। ਮਾਲਕ ਤੁਹਾਨੂੰ ਸਿਹਤ ਤੋਂ ਸਲਾਮਤੀ ਦੇਵੇ। ਜਿਹੜੇ ਵੇਲੇ ਨਾ ਆਖਿਆ ਨਾ ਵੋ ਇਮਾਮ ਮੁਬੀਨ ਤੋਂ ਮੁਰਾਦ ਕੌਣ ਹੈ, ਤਾਂ ਮੇਰੇ ਮੁਸਤਫਾ ਨੇ ਫਰਮਾਇਆ ਵਕਤ ਆਵਣ ਦਿਓ, ਮੈਂ ਤੁਹਾਨੂੰ ਦਿਸੇ ਸਾਂ ਅੱਲਾ ਨੇ ਇਮਾਮ ਮੁਬੀਨ ਬਣਾ ਕੇ ਕਿਸ ਨੂੰ ਜਹਾਨ 'ਤੇ ਭੇਜੇ। ਇਹ ਗੱਲ ਆਲਾ ਨਬੀ ਦੀ ਖਤਮ ਨਾ ਹੀ ਹੋਈ, ਸਦਾ ਤੋਂ ਮੋਮਨੀਨ ਸੀ ਹਰਾਤ, ਨਬੀ ਦੀ ਗੱਲ ਮੁੱਕੀ ਨਾ ਹੀ, ਜੋ ਉਹ ਦਰਵਾਜ਼ਾ ਖੁੱਲ੍ਹੇ ਜਿਹੜਾ ਹਮੇਸ਼ਾ ਮਸਜਿਦ 'ਚ ਖੁੱਲ੍ਹਦਾ ਏ। ਸਿਆਣੇ ਬੰਦੇ ਤੋਂ ਸਾਰੇ ਜਾਣਦੇ ਹੋ ਵਾ ਕਿਹੜਾ ਦਰਵਾਜ਼ਾ ਮਸਜਿਦ 'ਚ ਖੁੱਲ੍ਹਦਾ ਏ, ਤੁਹਾਡੇ ਸਾਰਿਆਂ ਦੇ ਇਲਮ 'ਚ ਹੈ ਨਾ ਜੀ। ਵੀ ਜਿਹੜੇ ਵੇਲੇ ਨਬੀ ਮੁਅੱਜ਼ਮ ਨੇ ਹਿਜਰਤ ਕੀਤੀ ਏ, ਅਤੇ ਹਿਜਰਤ ਕਰਨ ਦੀ ਵਜ੍ਹਾ ਵੀ ਰਸੂਲ ਦੀ, ਸਿਆਣੇ ਬੰਦੇ ਜਾਣਦੇ ਨੇ, ਸਿਰਫ ਬੱਚਿਆਂ ਤੱਕ ਬਾਤ ਪਹੁੰਚਾਵਾਂ, ਵਾ ਨਬੀ ਮੱਕੇ ਤੋਂ ਹਿਜਰਤ ਕਿਉਂ ਕੀਤੀ? ਕਿਉਂਕਿ ਜੁਨਾਬ ਹਜ਼ਰਤ ਅਬੂ ਤਾਲਿਬ ਇਮਰਾਨ ਔਰ ਜੁਨਾਬ ਖਤੀਜਤੁਲ ਕੁਬਰਾ ਸਲਾਮੁਲਲਾਹ ਅਲੈਹਾ, ਇੱਕ ਦੀ ਹਿਮਾਇਤ ਦੂਜੇ ਦੀ ਦੌਲਤ, ਇਹ ਜਿਸ ਦੌਲਤ ਇਸਲਾਮ 'ਤੇ ਲਾਈਏ ਉਹ ਵੀ ਦੁਨੀਆ ਤੋਂ ਤਸ਼ਰੀਫ ਲੈ ਗਏ, ਜਿੰਨਾ ਤਲਵਾਰ ਦੇ ਜ਼ਰੀਏ ਮੁਸਤਫਾ ਦਾ ਤਹੱਫੁਜ਼ ਕੀਤਾ, ਉਹ ਜੁਨਾਬ ਅਬੂ ਤਾਲਿਬ ਵੀ ਦੁਨੀਆ ਤੋਂ ਤਸ਼ਰੀਫ ਲੈ ਗਏ। ਉਸ ਸਾਲ ਨੂੰ ਸੁਲਤਾਨੁਲ ਅੰਬੀਆ ਨੇ ਆਮੁਲ ਹੁਜ਼ਨ ਕਰਾਰ ਫਰਮਾਇਆ, ਯਾਨੀ ਇਹ ਸਾਰੇ ਦਾ ਸਾਰਾ ਸਾਲ ਆਮੁਲ ਹੁਜ਼ਨ ਹੈ, ਯਾਨੀ ਗਮ ਦਾ ਸਾਲ ਹੈ। ਇਸ ਦਾ ਮਕਸਦ ਹੈ ਅਗਰ ਰੋਣਾ ਗਮ ਮਨਾਵਣਾ ਹਰਾਮ ਬਿੱਦਤ ਹੋਵੇ ਆ, ਤਾਂ ਦੋ ਹਸਤੀਆਂ ਦੇ ਦੁਨੀਆ ਦੇ ਟੁਰ ਵੰਡਣ ਦੇ ਬਾਅਦ ਅੱਲਾ ਦਾ ਨਬੀ ਪੂਰੇ ਸਾਲ ਨੂੰ ਗਮ ਦਾ ਸਾਲ ਕਰਾਰ ਨਾ ਦੇ ਦਿਆ, ਤਾਂ ਵਜੋ ਹੈ ਮੇਰੇ ਪਾਸ। ਇਸ ਦਾ ਮਕਸਦ ਹੈ ਜਦ ਜਿਹੜਾ ਗਮ ਮਨਾਉਂਦੇ ਆ, ਇਹ ਗਮ ਕਿਬਲਾ ਨਾਜ਼ਮ ਮਿੰਬਰ ਮਾਲਿਕ ਇੱਜ਼ਤ ਅਤਾ ਕਰਨੇ, ਜ਼ਬਾਨ ਕਲਾਮ ਵਿੱਚ ਮਾਲਿਕ ਅਸਰ ਅਤਾ ਕਰੇ, ਇਹ ਮੇਰੇ ਮੁਸਤਫਾ ਨੇ ਸਾਡੇ ਵਾਸਤੇ ਸੁਨਣਾ, ਅਤੇ ਯਾਨੀ ਇਹ ਜਿਹੜਾ ਅਸਾਂ ਕਰ ਰਹੇ ਹਾਂ
ਹਾਂਜੀ ਇਹ ਨਬੀ ਦੀ ਸੁਨਤ ਹੈ। ਨਬੀ ਨੇ ਪਹਿਲ ਆਪਣੇ ਪਿਆਰਿਆਂ ਦਾ ਗਮ ਮਨਾ ਕੇ ਅਤੇ ਪੂਰਾ ਸਾਲ ਗਮ ਮਨਾ ਕੇ ਦੱਸਿਆ ਬ ਪਿਆਰੇ ਟੁਰ ਜਾਣ ਅਤੇ ਗਮ ਮਨਾਉਣਾ ਹਰਾਮ ਨਹੀਂ, ਮੇਰੇ ਮੁਹੰਮਦ ਦੀ ਸੁਨਤ ਹੈ। ਮਾਲਕ ਇੱਜ਼ਤ ਆਖਰ ਇਹ ਦੋ ਹਸਤੀਆਂ ਦੁਨੀਆ ਤੋਂ ਟੁਰ ਗਈਆਂ ਅਤੇ ਨਬੀ ਨ ਹਿਜਰਤ ਕਰਨੀ ਪਈ। ਹਿਜਰਤ ਕਿਉਂ ਕਰਨੀ ਪਈ? ਜਿਹੜੇ ਵੇਲੇ ਹਸਤੀਆਂ ਦੁਨੀਆ ਤੋਂ ਟੁਰ ਗਈਆਂ ਅਤੇ ਕਾਫਰਾਂ ਨੇ ਮੇਰੇ ਮੁਸਤਫਾ ਨੂੰ ਸਤਾਉਣਾ ਸ਼ੁਰੂ ਕੀਤਾ। ਮੇਰੇ ਮੁਸਤਫਾ ਨੂੰ ਅੱਲਾ ਨੇ ਆਇਤ ਦੇ ਜ਼ਰੀਏ ਆਖਿਆ ਅੱਜ ਮੱਕਾ ਛੋੜ ਅਤੇ ਬਿਸਤਰ ਖਾਲੀ ਨਾ ਛੋੜੋ। ਥੋੜ੍ਹੀ ਜਿਹੀ ਜ਼ਬਾਨ ਹਲਾਮਣੀ ਹੈ ਬਸ। ਮੈਂ ਮੱਕਾ ਛੋੜ ਮਗਰ ਬਿਸਤਰ ਖਾਲੀ ਨਾ ਛੋੜੇ। ਮੇਰੇ ਮੁਸਤਫਾ ਨੇ ਇਸ ਬਿਸਤਰ 'ਤੇ ਜੀ ਇੰਤਜ਼ਾਮ ਕਰਨ ਵਾਸਤੇ ਸਾਰੇ ਸਾਹਬੀਆਂ ਇਕੱਠਾ ਕਰਕੇ ਫਰਮਾਇਆ ਮੈਂ ਅੱਲਾ ਦਾ ਆਰਡਰ ਹੈ ਅਤੇ ਮੈਂ ਅੱਜ ਮੱਕਾ ਸ਼ਹਿਰ ਛੋੜ ਕੇ ਜਾ ਰਿਹਾ, ਤੁਹਾਡੇ 'ਚ ਕੋਈ ਹੈ ਜਿਹੜਾ ਮੇਰੇ ਬਿਸਤਰ 'ਤੇ ਸੰਮੇ? ਸਾਰੇ ਸਾਹਬੀਆਂ ਨੇ ਮੁਖਤਲਿਫ ਜੀ ਆਰਾ ਪੇਸ਼ ਕੀਤੀਆਂ। ਹਾਂਜੀ ਅਲੀ ਅਮੀਰ ਅਲ ਮੋਹਮਨੀਨ ਨੇ ਬਾਬਾ ਜੀ ਤੁਹਾਡੇ ਦਾਦੇ ਨੇ ਮੇਰੇ ਮੁਰਸ਼ਦ ਦੇ ਕਦਮ ਚੁੰਮ ਕੇ, ਅਬੂ ਤਾਲਬ ਦੇ ਬੇਟੇ ਨੇ ਮੁਸਤਫਾ ਦੇ ਕਦਮ ਚੁੰਮ ਕੇ ਜੀ, ਨਬੀ ਦੇ ਕਦਮ ਚੁੰਮ ਕੇ ਨਬੀ ਦਾ ਚਿਹਰਾ ਦੇਖ ਕੇ, ਅਬੂ ਤਾਲਬ ਦਾ ਬੇਟਾ ਮੁਸਕਰਾ ਕੇ ਫਰਮਾਉਂਦੇ ਜਿਸ ਵੇਲੇ ਮੇਰੇ ਜੀ ਆ ਨੌਕਰ ਹੋਵੇ ਫਿਰ ਹੋਰ ਕਿਸੇ ਦਾ ਤਰਲਾ ਕਰਨ ਦੀ ਤਾਂ ਮੁਹੰਮਦ ਨੂੰ ਲੋੜ ਕਿਹੜੀ ਹੈ? ਸਲਾਮ ਹੈਦਰੀ। ਇਹ ਵਜ੍ਹਾ ਬਣੀ ਹੈ ਮੇਰੇ ਆਕਾ ਦਾ ਮੱਕਾ ਛੋੜ ਕੇ ਮਦੀਨੇ ਆਉਣ ਦੀ, ਹਿਜਰਤ ਕਰਨ ਦੀ ਵਜ੍ਹਾ ਜਿਹੜੀ ਬਣੀ ਹੈ ਉਹ ਇਹ ਵਜ੍ਹਾ ਬਣੀ। ਘਬਰਾਏ ਤਾਂ ਨਹੀਂ ਬੈਠੇ ਜਿਹੜੇ ਲਾਈਟ ਦੇ ਪਿੱਛੇ ਬੈਠੇ ਹੋਏ? ਆ ਮਾਲਕ ਸਿਹਤ ਦੇ ਸਲਾਮਤੀ ਉਹਨੇ ਬੰਦੇ ਚਾਣਨੇ ਦੇ ਪਿੱਛੇ ਇਸ ਤੋਂ ਬੰਦ ਦਿਨ ਬਜ਼ਾਕਰ ਦੀ ਖਤੀਬ ਦੀ ਨਜ਼ਰ ਨਾ ਪਵੇ। ਤੁਸੀਂ ਆਪਣੀ ਮਰਜ਼ੀ ਨਾਲ ਇਮਾਨੋ ਇਮਾਨੀ ਬੋਲਣੇ ਜਿੱਥੇ ਬੈਠੇ ਹੋ। ਮੈਂ ਤਾਂ ਤੰਗ ਕੀਤਾ ਹੀ ਕਦੀ ਕਿਸੇ ਨਹੀਂ, ਜ਼ਾਕਰ ਸੁੱਟ ਲੈ ਕੇ ਤੁਹਾਡੇ ਪਿੱਛੇ ਲੱਗਦੇ ਨਾ ਵੀ ਜਿਹੜੀਆਂ ਜ਼ਬਾਨਾਂ ਇੱਥੇ ਨਾ ਹੱਲੀਆਂ ਨਾ ਕਬਰ 'ਚ ਵੀ ਨਹੀਂ ਹੱਲਣਾ ਕਿਦਾ ਮੇਰੇ ਕੋਲ ਤੁਸੀਂ ਸੁਣਿਆ ਵੀ ਮੈਂ ਤੁਹਾਨੂੰ ਆਖਿਆ ਹੋਵੇ। ਮੈਂ ਤਾਂ ਆਖਦਾ ਵਾ ਠੀਕ ਹੈ ਜਿੱਥੇ ਕੋਈ ਬੈਠਾ ਆਪਣੀ ਜਾ ਚੁੱਕ ਵੇਖੋ ਨਾ, ਜਿੱਥੇ ਕੋਈ ਬੈਠਾ ਹੈ ਆਜ਼ਾਦਾਰ ਬਣ ਕੇ ਆਏ ਤੂੰ ਇਮਾਮ ਦਾ ਮਹਿਮਾਨ ਹੈ ਅਤੇ ਜਿਹੜੇ ਇਮਾਮ ਦਾ ਮਹਿਮਾਨ ਹੈ ਕਰੋੜਾਂ ਸਲਾਮ ਹੈ। ਚੂੰਕਿ ਮੈਂ ਹੁਸੈਨ ਦੇ ਆਜ਼ਾਦਾਰ ਦਾ ਮਕਾਮ ਪੜ੍ਹਿਆ ਇਸ ਵਾਸਤੇ ਮੈਂ ਹੁਸੈਨ ਦੇ ਆਜ਼ਾਦਾਰ ਨੂੰ ਨਾ ਤੰਗ ਕਰਦਾ ਨਾ ਤਕਲੀਫ ਦੇਣਾ। ਜਿੱਥੇ ਕੋਈ ਬੈਠਾ ਇਮਾਮ ਦਾ ਮਹਿਮਾਨ ਹੀ ਇਮਾਮ ਦਾ ਮਹਿਮਾਨ ਬਣ ਕੇ ਬਵੇ। ਮੈਂ ਹੁਸੈਨ ਦੇ ਆਜ਼ਾਦਾਰ ਦਾ ਮਕਾਮ ਪੜ੍ਹੇ। ਆਕਾਈ ਸ਼ੇਖ ਮੁਫੀਦ ਅਲੈ ਰਹਿਮਾਨ ਨੇ ਬਾਬਾ ਜੀ ਆਪਣੀ ਅੰਬਾਲੀ 'ਚ ਜੁਮਲੇ ਲਿਖੇ ਨੇ, ਮੈਂ ਨੱਖੀ ਨਾਲ ਪੜ੍ਹਨ ਜਿਸ ਵੇਖਣਾ ਹੋਵੇ ਮੇਰੀ ਜੀ ਜ਼ਿੰਮੇਵਾਰੀ ਹੈ ਮੈਂ ਉਸਨੂੰ ਵਿਖੈਸਾਂ। ਇੰਝ ਨਾ ਹੋਵੇ ਬਾ ਪੜ੍ਹਾਂ ਮੈਂ ਅਤੇ ਮੇਰੇ ਪਿੱਛੋਂ ਆਵਣ ਵਾਲ ਪੁੱਛੇ ਮਦਰ ਸ਼ਰਾਜ਼ੀ ਕਿੱਥੋਂ ਪੜ੍ਹੇ, ਮੈਂ ਪੜ੍ਹਾਂ ਤਾਂ ਮੇਰੇ ਕੋਲੋਂ ਪੁੱਛਿਆ ਹੈ। ਮੈਂ ਅਮਾਲੀ ਸ਼ੇਖ ਸਦੂਕ ਅਲੈ ਰਹਿਮਾਨ 'ਚ ਜੀ ਇਹ ਜੁਮਲੇ ਪੜ੍ਹਨ ਸ਼ੀਆ ਸੁੰਨੀ ਸਰਾਤੋ ਮੋਮਨੀਨ ਪੂਰਾ ਵਰਲਡ ਵੇਖ ਰਿਹਾ ਅਤੇ ਜ਼ਿੰਮੇਵਾਰੀ ਨਾਲ ਮੈਂ ਗੁਜ਼ਾਰਿਸ਼ ਕਰ ਰਿਹਾ ਮੈਦਾਨੇ ਮੈਸ਼ਰ 'ਚ ਹੁਸੈਨ ਦਾ ਆਜ਼ਾਦਾਰ 1000 ਜਹਨਮੀ ਦਾ ਹੱਥ ਨੱਪ ਕੇ ਅੱਲਾ ਦੀ ਜੰਨਤ ਵਾਲੇ ਪਾਸੇ ਲੈ ਕੇ ਟੁਰੇ ਅਤੇ ਅੱਲਾ ਖਾਲਿਕ ਹੁਕਮ ਦੇ ਸੀ ਫਰਿਸ਼ਤਿਆਂ ਇਸ ਦਾ ਰਾਹ ਨਹੀਂ ਰੋਕਣਾ ਕਿਉਂਕਿ ਮੇਰੇ ਹੁਸੈਨ ਦਾ ਆਜ਼ਾਦਾਰ ਹੈ। ਯਾਨੀ ਮਕਾਮ ਆਜ਼ਾਦਾਰੀ, ਯਾਨੀ ਇਮਾਮ ਹੁਸੈਨ ਅਲੈਹਿ ਸਲਾਤੁ ਵਸਲਾਮ ਦੇ ਆਜ਼ਾਦਾਰ ਦਾ ਬਹੁਤ ਬੜਾ ਮਕਾਮ। ਉਂਝ ਅਸਾਂ ਜਿਹੜਾ ਆਦੇ ਹਾਂ ਨਾ ਬੈ ਜਾ ਖਾਲੀਏ, ਬਾਈ ਅੱਗੇ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ, ਇਹ ਜਾ ਖਾਲੀਏ, ਖਾਲੀ ਨਹੀਂ ਸਾਡੀਆਂ ਨਿਗਾਹਾਂ ਦਾ ਕਸੂਰ। ਜਿਸ ਵੇਲੇ ਰਵਾਇਤਾਂ ਇਹ ਬਾਤ ਮੌਜੂਦ ਹੈ ਵੀ ਜਿੱਥੇ ਰਸੂਲ ਦੇ ਪੁੱਤਰ ਦਾ ਜ਼ਿਕਰ ਹੈ ਉੱਥੇ ਹਜ਼ਰਤ ਆਦਮ ਤੋਂ ਲੈ ਕੇ ਹਜ਼ਰਤ ਖਾਤਮ ਤੱਕ, ਹਜ਼ਰਤ ਖਾਤਮ ਤੋਂ ਲੈ ਕੇ ਪਰਦੇ ਗੈਬਤ ਰਹਿਣ ਵਾਲੀ ਹਸਤੀ ਤੱਕ ਸਾਰੇ ਖੁਦ ਤਸ਼ਰੀਫ ਫਰਮਾ ਹੁੰਦੇ ਨੇ, ਅੱਲਾ ਦੇ ਮੁਕਰਰ ਫਰਿਸ਼ਤੇ ਤਸ਼ਰੀਫ ਫਰਮਾ ਹੁੰਦੇ ਨੇ। ਹੁਣ ਮੈਂ ਕੀ ਆਖ ਸਕਦਾ ਇਹ ਜਿਹੜੀਆਂ ਖਾਲੀ ਜਗ੍ਹਾ ਪਈਆਂ, ਜਨਾਬ ਆਦਮ ਕਿੱਥੇ ਤਸ਼ਰੀਫ ਰੱਖਦੇ ਨੇ ਅਤੇ ਜਨਾਬ ਨੂਹ ਕਿੱਥੇ ਤਸ਼ਰੀਫ ਰੱਖਦੇ ਨੇ? ਤਵਜੋ ਹੈ ਮਿਲ ਬਸ। ਇਸ ਵਾਸਤੇ ਜਿੱਥੇ ਕੋਈ ਬੈਠੇ ਉੱਥੇ ਬਵੇ ਅਤੇ ਬਾ ਜਮਾਤ ਹੋ ਕੇ ਸਲਵਾਤ ਪੜ੍ਹੋ। ਜੇ ਮੈਨੂੰ ਯਕੀਨ ਹੋ ਜਾਏ ਜੋ ਅਗਲਾ ਬਿਆਨ ਮੇਰਾ ਸੁਣਨ ਵਾਸਤੇ ਤੂੰ ਤਸਤੇ ਯਾਰ ਬੈਠੇ ਹੋ, ਇੱਕ ਸਲਵਾਤ ਬਾ ਜਮਾਤ ਜੀ ਅੱਲਾ ਹੁਮਾ
ਸੱਲਿ ਅਲਾ ਮੁਹੰਮਦ ਆਲਿ ਮੁਹੰਮਦ ਵਾਜਿਲ ਫਰਜ ਆਲਿ ਮੁਹੰਮਦ। ਗੱਲ ਜ਼ਿਹਨ 'ਚ ਹੈ ਜੀ, ਮੇਰੇ ਮੁਸਤਫਾ ਨੇ ਮੱਕੇ ਤੋਂ ਹਿਜਰਤ ਕੀਤੀ, ਮਦੀਨੇ ਮੇਰੇ ਆਕਾ ਤਸ਼ਰੀਫ ਲੈ, ਯਾਨੀ ਮੱਕੇ 'ਚੋਂ ਹਿਜਰਤ ਕਰਕੇ ਮਦੀਨੇ ਸਕੂਨਤ ਇਖਤਿਆਰ ਕੀਤੀ। ਮੇਰੇ ਆਕਾ ਨੇ ਇੱਕ ਮਸਜਿਦ ਤਾਮੀਰ ਕੀਤੀ, ਮੈਂ ਅੱਗੇ ਵੀ ਮਜਲਿਸ ਗੁਜ਼ਾਰਿਸ਼ ਕੀਤੀ, ਉਸੀ ਮੈਂ ਫਿਰ ਗੁਜ਼ਾਰਿਸ਼ ਪੇ ਕਰਦਾ। ਇਹ ਮਸਜਿਦ ਨਬੀ ਨੇ ਬਣਾਈ ਸਹਾਬਾ ਦੇ ਨਾਲ ਰਲ ਕੇ, ਯਾਨੀ ਨਬੀ ਨਿਗਰਾਨ ਵੀ ਰਹੇ, ਨਿਗਰਾਨੀ ਕਰਦੇ ਰਹੇ, ਸਹਾਬਾ ਨ ਮਟੀਰੀਅਲ ਚਾਹ ਕੇ ਦੇਣੇ ਆ ਵੇਦੇ ਵੀ ਰਹੇ, ਖੁਦ ਬਾਬਾ ਜੀ ਨਾਲ ਨਬੀਆਂ ਦਾ ਸਿਰਦਾਰ ਨਬੀ ਸਹਾਬਾ ਦੇ ਨਾਲ ਰਲ ਕੇ ਕੰਮ ਕਰਦੇ ਵੀ ਰਹੇ। ਮੇਰੇ ਨਬੀ ਦੀ ਨਿਗਾਹ 'ਚ ਇੱਕ ਸਹਾਬੀ ਐਸੇ ਆਏ ਕਿ ਬਾਕੀ ਸਹਾਬੀ ਇੱਕ ਇੱਕ ਇੱਟ ਚੇਂਦੇ ਨੇ, ਉਹ ਦੋ ਦੋ ਟੇਂਦੇ, ਯਾਨੀ ਬਾਕੀ ਸਹਾਬੀ ਇੱਕ ਇੱਕ ਪੱਥਰ ਚੇਂਦੇ ਨੇ, ਉਹ ਸਹਾਬੀ ਦੋ ਦੋ ਪੱਥਰ, ਇਹ ਜਿਹੜੇ ਦੋ ਦੋ ਪੱਥਰ ਚਾਹਵਣ ਵਾਲਾ ਹੀ, ਇਹ ਜਨਾਬ ਅਮਾਰੇ ਯਾਸਰ, ਜਨਾਬ ਅਮਾਰੇ ਯਾਸਰ ਇਤਨੀ ਅਕੀਦਤ ਮੁਹੱਬਤ ਨਾਲ ਨਬੀ ਦੀ ਮਸਜਿਦ 'ਚ ਮਦਦ ਕਰਨੀ ਸ਼ੁਰੂ ਕੀਤੀ, ਜੋ ਨਬੀ ਦੇ ਦਿਲ 'ਚ ਅਮਾਰੇ ਯਾਸਰ ਬਹਿ ਗਏ। ਥੋੜ੍ਹੀ ਦੇਰ ਦੇ ਬਾਅਦ ਜਿਹੜੇ ਦਿਲ ਥੱਕ ਕੇ ਨਬੀ ਦਾ ਸਹਾਬੀ ਬੈਠਾ, ਸੁਲਤਾਨੁਲ ਅੰਬੀਆ ਇਸ ਦੀ ਕੰਨ ਪਿੱਛੂ ਟੁਰਦੇ ਇਸ ਦੇ ਕਰੀਬ ਆਏ, ਪਤਾ ਨਹੀਂ ਤੁਸੀਂ ਕਿਤਨਾ ਕਰੀਬ ਹੋ ਕੇ ਜੁਮਲਾ ਵਸੂਲ ਕਰਨਾ ਹੈ। ਸੁਲਤਾਨੁਲ ਅੰਬੀਆ ਜਿਸ ਨੂੰ ਅੱਲਾ ਨੇ ਆਲਮੀਨ 'ਚ ਰਹਿਮਤ ਬਣਾ ਕੇ ਭੇਜੀਏ, ਜ਼ਿਹਨ 'ਚ ਰੱਖਣਾ ਹੈ ਜੇ ਕੁੱਲ ਰਹਿਮਤ ਹੈ ਅਤੇ ਆਲਮੀਨ ਵਾਸਤੇ ਰਹਿਮਤ ਹੈ। ਇਹ ਜਨਾਬ ਅਮਾਰੇ ਯਾਸਰ ਦੇ ਪਿੱਛੋਂ ਆ ਕੇ ਅੱਲਾ ਦੀ ਕੁੱਲ ਰਹਿਮਤ ਮੁਸਤਫਾ ਨੇ ਆਪਣਾ ਸ਼ਫਕਤ ਵਾਲਾ ਹੱਥ ਚਾ ਕੇ ਅਮਾਰ ਦੇ ਸਰ 'ਤੇ ਰੱਖਿਆ। ਤੁਸੀਂ ਘੱਟ ਬੰਨਿਆ ਮਹਿਸੂਸ ਕੀਤਾ, ਜਿਹਦੇ 'ਤੇ ਸ਼ਫਕਤ ਦਾ ਹੱਥ ਨਬੀ ਰੱਖੇ ਕਿਹੜੀ ਇੱਜ਼ਤ ਵਾਲਾ ਹੋਣਾ ਚਾਹੀਦਾ। ਇਹ ਜਿਹੜੇ ਵੇਲੇ ਮੁਸਤਫਾ ਦਾ ਹੱਥ ਮੁਹੱਬਤ ਵਾਲਾ ਪਿਆਰ ਵਾਲਾ ਅਮਾਰ ਨੇ ਆਪਣੇ ਸਰ 'ਤੇ ਡਿੱਠਾ, ਮੁਹੱਬਤ ਦੀ ਵਜ੍ਹਾ ਤੋਂ, ਅਕੀਦਤ ਦੀ ਵਜ੍ਹਾ ਤੋਂ, ਖੁਸ਼ੀ ਦੀ ਵਜ੍ਹਾ ਤੋਂ, ਅਮਾਰੇ ਯਾਸਰ ਦੀ ਅੱਖਾਂ 'ਚੋਂ ਹੰਝੂ ਲੁੜੀਆਂ। ਨਬੀ ਨੇ ਅਮਾਰ ਨੂੰ, ਬਿਸਮਿਲ੍ਲਾ, ਨਬੀ ਨੇ ਅਮਾਰ ਨੂੰ ਹਾਨ ਨਾਲ ਲਾਇਆ, ਤਵੱਜੋ ਬਾਈ, ਨਬੀ ਨੇ ਅਮਾਰ ਨੂੰ ਹਾਨ ਨਾਲ ਲਾਇਆ, ਹਾਨ ਨਾਲ ਲਾ ਕੇ ਮੇਰਾ ਮੁਸਤਫਾ ਅਮਾਰ ਵਾਲੇ ਪਾਸੇ ਵੇਖ ਕੇ ਫਰਮਾਉਂਦੇ ਨੇ, ਅਮਾਰ ਤੁਝੇ ਏਕ ਬਾਗੀ ਗਿਰੋਹ ਕਤਲ ਕਰੇਗਾ। ਵੇਖੋ ਜਿਹੜੇ ਐਡੀ ਮੁਹੱਬਤ ਨਾਲ ਨਬੀ ਦੀ ਮਸਜਿਦ ਤਾਮੀਰ ਕਰ ਰਹੇ, ਹੈਂਜੀ, ਨਬੀ ਨੇ ਉਸਨੂੰ ਸਨਦ ਕੇ ਦਿੱਤੀ, ਯਾਨੀ ਇਸ ਮੌਕੇ ਨੂੰ ਵੇਖੋ ਨਾ ਤੁਸਾਂ, ਬਜੀ ਅਮਾਰੇ ਯਾਸਰ ਜਿਹੜੇ ਵੇਲੇ ਸ਼ਹੀਦ ਹੋਏ ਨਾ, ਇਹ ਪਹਿਲੀ ਹਿਜਰੀ ਦਾ ਵਾਕਿਆ। ਅਮਾਰੇ ਯਾਸਰ 36 ਹਿਜਰੀ ਜੰਗੇ ਸਫੀਨ ਹੋਈ ਹੈ, 37 ਹਿਜਰੀ ਹੋਈ ਹੈ, 38 ਹਿਜਰੀ ਹੋਈ। ਇਹ ਤ੍ਰੈ ਰਵਾਇਤਾਂ ਕੁਤਬ ਵਿੱਚ ਮੌਜੂਦ ਹਨ, ਉਲਮਾ ਨੇ ਤ੍ਰੈ ਰਵਾਇਤਾਂ ਲਿਖੀਆਂ, ਬਸਫੀਨ ਜਾਂ 36 'ਚ ਜਾਂ 37 'ਚ ਜਾਂ 38 'ਚ। ਚਲੋ 37 'ਚ ਹੋਈਏ, 37 ਸਾਲ ਬਾਅਦ 38 'ਚ ਹੋਈਏ, 38 ਸਾਲ ਬਾਅਦ 36 'ਚ ਹੋਈਏ, 36 ਸਾਲ ਬਾਅਦ, ਯਾਨੀ ਰਸੂਲ ਦੀ ਇਸ ਗੱਲ ਦੇ ਬਾਅਦ 36, 37, 38 ਸਾਲ ਗੁਜ਼ਰ ਗਏ ਅਤੇ ਜਨਾਬ ਅਮਾਰੇ ਯਾਸਰ ਦੀ ਸ਼ਹਾਦਤ ਹੋਈ। ਤੁਸੀਂ ਵੇਖੋ ਜਿਹੜੀ 36 ਸਾਲ ਬਾਅਦ ਚਾਵਣ ਵਾਲੀ ਨਬੀ 36 ਸਾਲ ਪਹਿਲੇ ਗੱਲ ਪੈ ਦੱਸਦੇ ਨੇ, ਉਹ ਜਾਣਦਾ ਕੋਈ ਨਹੀਂ। ਆ ਜਿਹੜੇ ਬੰਦੇ ਆ ਦਿਨ ਬਗੈਬ ਨਹੀਂ ਜਾਣਦੇ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਪੇ ਕਰਦਾ ਵੀ ਜੀ 36 ਸਾਲ ਬਾਅਦ ਜੀ ਵਾਕਿਆ ਹੋਣੇ ਨਬੀ ਦੀ ਅੱਖ ਦੇ ਸਾਹਮਣੇ। ਮੇਰੇ ਆਕਾ ਫਰਮਾਇਆ ਤੁਝੇ ਇੱਕ ਬਾਗੀ ਗਿਰੋਹ ਕਤਲ ਕਰੇਗਾ। ਇਹ ਜਿਹਦੇ ਵੇਲੇ ਸਫੀਨ 'ਚ ਐਂ ਸਾਹਮਣੇ ਆਏ ਨਾ ਅਮਾਰੇ ਯਾਸਰ ਦੇ ਸਾਹਮਣੇ ਬੰਦੇ ਮਾਰਨ ਵਾਸਤੇ, ਤੂੰ ਅਮਾਰੇ ਯਾਸਰ ਆਖਿਆ ਰੁੱਕ ਜਾਓ, ਤੁਹਾਨੂੰ ਮੈਂ ਦੱਸਾਂ ਹੱਕ ਕਿੱਥੇ ਅਤੇ ਬਾਤਲ ਕਿੱਥੇ। ਉਹਨਾਂ ਆਖਿਆ ਤੂੰ ਇਸ ਮੌਕੇ 'ਤੇ ਸਾਨੂੰ ਹੱਕ ਬਾਤਲ ਦੱਸਣਾ। ਅਮਾਰੇ ਯਾਸਰ ਆਖਿਆ ਰਸੂਲ ਮੈਂ ਨਾ ਆਖਿਆ ਆਈ, ਅਮਾਰ ਤੁਝੇ ਏਕ ਬਾਗੀ ਗਿਰੋਹ ਕਤਲ ਕਰੇਗਾ। ਮੈਨੂੰ ਯਕੀਨ ਹੋ ਗਿਆ ਤੁਸਾਂ ਮੈਨੂੰ ਮਾਰਨ ਆਏ ਹੋ, ਤੁਸਾਂ ਬਗਾਵਤ ਹੋ ਅਤੇ ਮੈਂ ਹੱਕ 'ਤੇ ਹਾਂ। ਹੱਕ 'ਤੇ ਇਸ ਵਾਸਤੇ ਹਾਂ ਜੇ ਜਿੱਥੇ ਅਲੀ ਹੈ ਉੱਥੇ ਹੱਕ ਹੈ।
ਹੈਦਰੀ। ਗੱਲ ਲੰਬੀ ਹੋ ਗਈ ਹੈ, ਮਸਜਿਦ ਤਾਮੀਰ ਹੋ ਗਈ। ਸੁੰਨੀ ਆਲਮੇ ਦੀਨ ਉਸ ਦਾ ਕਲਿਪ ਮੇਰੇ ਕੋਲ ਮੌਜੂਦ ਹੈ, ਯਕੀਨਨ ਨੈੱਟ 'ਤੇ ਜਿਹੜੇ ਨੈੱਟ ਨਾਲ ਤਲੁਕ ਰੱਖਣ ਵਾਲੇ ਬੱਚੇ ਬੈਠੇ ਹੋ ਤੁਸੀਂ, ਉਹ ਕਲਿਪ ਸੁੰਨੀ ਆਲਮੇ ਦੀਨ ਦਾ ਅਕੀਦਤ ਭਰਾ ਉਹ ਕਲਿਪ ਤੁਹਾਡੀ ਨਿਗਾਹ 'ਚ ਗੁਜ਼ਰੇ ਹੋਣੇ। ਉਹ ਸੁੰਨੀ ਆਲਮੇ ਦੀਨ ਆਦੇ ਵੀ ਜਿਹੜੀ ਇਹ ਨਬੀ ਮਸਜਿਦ ਬਣਾਈ ਅਤੇ ਫਿਰ ਜਿਹੜੇ ਵੇਲੇ ਤਬੂਕ ਦੀ ਜੰਗ ਵਾਸਤੇ ਸੁਲਤਾਨ ਲੰਬੀਆ ਗਏ ਨਾ, ਅਤੇ ਆਪਣੀ ਜਗ੍ਹਾ 'ਤੇ ਆਪਣਾ ਜਾਂ ਨਸ਼ੀਨ ਅਲੀਨ ਬਣਾ ਕੇ ਗਏ, ਯਕੀਨ ਅਲੀਨ ਜਾਂ ਨਸ਼ੀਨ ਬਣਾਇਆ, ਨਬੀ ਤਬੂਕ ਵਾਸਤੇ ਟੁੱਟ ਗਏ। ਤਵੱਜੋ ਕਰਿਆ, 40 ਦਿਨ ਮੁਸਤਫਾ ਜੀ ਇਹ ਜਿਹੜੇ ਤਬੂਕ ਗਏ ਅਤੇ ਵਾਪਸ ਹੱਟੇ, 40 ਦਿਨ ਨਬੀ ਨੂੰ ਲੱਗ ਗਏ ਮਦੀਨੇ 'ਚ, ਸਿਵਾਏ ਔਰਤਾਂ ਦੇ, ਸਿਵਾਏ ਬੁੱਢਿਆਂ ਦੇ, ਸਿਵਾਏ ਬੱਚਿਆਂ ਦੇ, ਅਤੇ ਯਾਸਰ ਉਹ ਮੌਜੂਦ ਹਨ ਜਿਹੜੇ ਨਬੀਨ ਇੱਥੋਂ ਨਾ ਨ ਮੰਨਦੇ। ਕੁਝ ਬੰਦੇ ਐਸੇ ਹਨ ਜਿਹੜੇ ਨਬੀਨ ਇੱਥੋਂ ਦਿਲ ਤੋਂ ਨਾ ਨ ਮੰਨਦੇ, ਕੁਝ ਬੰਦੇ ਉਹ ਰਹਿ ਗਏ, ਬਾਕੀ ਸਾਰੇ ਬੁੱਢੜੇ, ਸਾਰੀਆਂ ਮਸਤੂਰਾਤ, ਸਾਰੇ ਬੱਚੇ ਹਾਂਜੀ, ਨਬੀ ਨੇ ਆਪਣੀ ਜਗ੍ਹਾ 'ਤੇ ਅਲੀਨ ਛੋੜ ਕੇ ਗਏ। ਇਹ ਸੁੰਨੀ ਆਲਮੇ ਦੀਨ ਬਾਬਾ ਜੀ ਪਿਆਦਾ ਬਈ ਜਿਹੜੇ ਵੇਲੇ ਅਲੀ ਨੇ ਮੁਸਤਫਾ ਦੇ ਬਾਅਦ ਜਮਾਤ ਕਰਾਈਏ, ਇਹਨਾਂ ਬੰਨਿਆਂ ਅਲੀ ਦੇ ਪਿੱਛੇ ਖਲੋ ਕੇ ਨਮਾਜ਼ ਨਹੀਂ ਪੜ੍ਹੀ, ਇਹਨਾਂ ਕਿਹਾ ਅਸਾਂ ਤੇਰੇ ਪਿੱਛੇ ਨਮਾਜ਼ ਨਹੀਂ ਪੜ੍ਹਨੀ, ਅਤੇ ਮਸਜਿਦ ਨਬਵੀ ਦੇ ਮੁਕਾਬਲੇ 'ਚ ਅਲੀ ਦੀ ਮੁਖਾਲਫਤ ਦੀ ਵਜ੍ਹਾ ਤੋਂ ਇਹਨਾਂ ਮਸਜਿਦ ਬਣਾਈ ਜਿਸ ਨੂੰ ਅੱਲਾ ਨੇ ਕੁਰਾਨ 'ਚ ਮਸਜਿਦ ਜ਼ਰਾ ਰੱਖੇ। ਕਲਿਪ ਮੇਰੇ ਕੋਲ ਮੌਜੂਦ ਹੈ, ਜਿਸ ਵੇਖਣਾ ਹੋਵੇ ਮੇਰੀ ਡਿਊਟੀ ਮੈਂ ਵੇਖਿਆ ਸਨ। ਉਹ ਸੁੰਨੀ ਆਲਮੇ ਦੀਨ ਪਿਆਦਾ 40 ਦਿਨਾਂ ਦੇ ਬਾਅਦ, ਹੁਣ ਇਹ 40 ਦਿਨ ਇਹਨਾਂ ਮਸਜਿਦ ਬਣਾਈ, ਮਸਜਿਦ ਬਣ ਗਈ, ਕੁਰਾਨ ਦੀ ਤਲਾਵਤ ਹੁੰਦੀ ਰਹੀ, ਇਹ ਤਲਾਵਤ ਕਰਦੇ ਰਹੇ, ਨਮਾਜ਼ਾਂ ਪੜ੍ਹਦੇ ਰਹੇ, ਜਮਾਤਾਂ ਹੁੰਦੀਆਂ ਰਹੀਆਂ, ਨਾ ਇੰਨਾ ਸ਼ਿਰਕ ਕੀਤਾ, ਨਾ ਇੰਨਾ ਕੁਫਰ ਕੀਤਾ, ਨਾ ਇੰਨਾ ਕਲਮਾ ਤਬਦੀਲ ਕੀਤਾ, ਨਾ ਇੰਨਾ ਅਜ਼ਾਨ ਤਬਦੀਲ ਕੀਤੀ, ਨਾ ਇੰਨਾ ਨਮਾਜ਼ਾਂ ਬਦਲੀਆਂ, ਨਾ ਕੁਰਾਨ ਦੀ ਤਲਾਵਤ ਬਦਲੀ, ਨਾ ਕਾਬੇ ਦਾ ਇਨਕਾਰ, ਨਾ ਮੁਸਤਫਾ ਦੀ ਰਸਾਲਤ ਦਾ ਇਨਕਾਰ, ਸਿਰਫ ਅਲੀ ਦੀ ਮੁਖਾਲਫਤ ਦੀ ਵਜ੍ਹਾ ਤੋਂ ਉਹ ਸੁੰਨੀ ਆਲਮੇ ਦੀਨ ਆਦਾ ਇੰਨਾ ਮਸਜਿਦ ਅਲੈਦਾ ਬਣਾਈ। ਜਿਹੜੇ ਵੇਲੇ ਨਬੀ ਹਟ ਕੇ 40 ਦਿਨ ਦੇ ਬਾਅਦ ਆਇਆ, ਇਹ ਬੰਦੇ ਨਬੀ ਦੀ ਖਿਦਮਤ 'ਚ ਜਾ ਕੇ ਕਹਿੰਦੇ, ਯਾ ਰਸੂਲ ਅੱਲਾ ਆਓ ਅਸਾਂ ਮਸਜਿਦ ਬਣਾਈਏ, ਉਹਦੇ 'ਚ ਇੱਕ ਜਮਾਤ ਤੁਸਾਂ ਕਰਾਓ, ਅੱਗੇ ਜਮਾਤ ਕਰਾਉਣ ਦੀ ਜ਼ਰੂਰਤ ਨਹੀਂ, ਫਿਰ ਜਮਾਤਾਂ ਹੁੰਦੀਆਂ ਰਾਸਨ। ਉਸ ਵੇਲੇ ਆਤਵੇ ਗਈਬੀ ਦੀ ਆਵਾਜ਼ ਆਈਏ, ਜਿਬਰਾਈਲ ਵਾਇੰਤ ਮੇਰੇ ਮੁਹੰਮਦ ਨੂੰ ਆਖ, ਨਰਬੀ ਪਿਆਰ ਦੇਈਏ, ਜਿਹੜੀ ਮਸਜਿਦ ਬਣੀ ਅਲੀ ਦੀ ਮੁਖਾਲਫਤ 'ਚ ਬਣੀ ਏ, ਇਸ ਮਸਜਿਦ ਨੂੰ ਅੱਗ ਲਾ, ਇੱਥੋਂ ਦੀ ਇਬਾਦਤ ਕੁਫਰ ਹੈ। ਮੈਂ ਤੁਹਾਡੇ 'ਤੇ ਸਵਾਲ ਕਰਦਾ, ਜਿਹੜੀ ਮਸਜਿਦ ਅਲੀ ਦੀ ਮੁਖਾਲਫਤ 'ਚ ਬਣੇ, ਅੱਲਾ ਉਸ ਨੂੰ ਮਸਜਿਦ ਜ਼ਰਾਰ ਆਉਂਦਾ ਅਤੇ ਇਬਾਦਤ ਨੂੰ ਕੁਫਰ ਆਉਂਦਾ ਹੈ, ਅਤੇ ਜਿਹੜਾ ਬੰਦਾ ਅਲੀ ਨਾਲ ਮੁਖਾਲਫ ਹੋਵੇ, ਮਾਸੀ ਦਾ ਵੇੜਾ ਹੈ ਜੰਨਤ। ਇਬਾਦਤ ਅਲੀ ਦੀ ਮੁਖਾਲਫਤ 'ਚ, ਨਮਾਜ਼ ਮਸਜਿਦ ਬਣਾਵੇਂ ਅਤੇ ਅੱਲਾ ਮਸਜਿਦ 'ਚ ਇਬਾਦਤ ਕਬੂਲ ਨਹੀਂ ਕਰਦਾ, ਅਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਅਲੀ ਦੀ ਮੁਖਾਲਫਤ 'ਚ ਰਹੇ ਅਤੇ ਫਿਰ ਜੰਨਤ 'ਚ ਲੱਗਿਆ ਵੀ ਸੀ, ਮਾਸੀ ਦਾ ਵੇੜ। ਅਲੀ ਦੇ ਪੁੱਤਰਾਂ ਦੀ ਜੰਨਤ ਜਾਗੀਰ, ਤੇਰਾ ਦੁਸ਼ਮਣ ਤੇਰੀ ਗਲੀ 'ਚੋਂ ਨਹੀਂ, ਘਬਰਾ ਤੇ ਗਏ, ਮੈਂ ਝੱਟ ਲਾਹਣਾ, ਅਗਰ ਤੁਸੀਂ ਘਾਬਰੇ ਹੋਵੋ ਤਾਂ ਪਾਣੀ ਪੀ ਸਕਦੇ, ਅਗਰ ਮੁਤਮੈਨ ਬੈਠੇ ਹੋ ਤਾਂ ਮੁਤਮੈਨ ਹੋ ਕੇ ਮੇਰੀ ਗੱਲ ਸੁਣਨੀ। ਮੈਂ ਬਿਲਕੁਲ ਹੈ ਕਰੀਬ ਕਰੀਬ ਤੋਂ ਹਾਂਜੀ ਦੋ ਚਾਰ ਗੱਲਾਂ ਤੁਹਾਡੇ ਨਾਲ ਮਜ਼ੀਦ ਕਰਨਾ ਚਾਹੁੰਦਾ। ਅਲੀ ਅਮੀਰ ਅਲ ਮੁਹਮਨੀਨ ਦੇ ਬਾਰੇ 'ਚ ਮੈਂ ਗੁਜ਼ਾਰਿਸ਼ ਕਰ ਰਿਹਾ। ਮਸਜਿਦ ਬਣ ਗਈ ਅਤੇ ਦਰਵਾਜ਼ਾ ਉਹ ਖੁੱਲ੍ਹਾ ਜਿਹੜਾ ਮਸਜਿਦ 'ਚ ਹਮੇਸ਼ਾ ਖੁੱਲ੍ਹਦਾ ਹੈ। ਇਹ ਜਿਹੜੇ ਵੇਲੇ ਦਰਵਾਜ਼ਾ ਖੁੱਲ੍ਹਾ ਅਤੇ ਮੁਸਤਫਾ ਫਰਮਾਇਆ ਆਪਣੇ ਸਾਹਬਾਂ, ਤੁਸੀਂ ਸਵਾਲ ਕਰ ਰਹੇ ਹੋ ਉਹ ਇਮਾਮ ਮੁਬੀਨ ਕੌਣ ਹੈ, ਉਹਨਾਂ ਕਿਹਾ ਯਾ ਰਸੂਲ ਅੱਲਾ ਦੱਸੋ, ਤੌਰਾਤ ਨਹੀਂ, ਜ਼ਬੂਰ ਨਹੀਂ, ਇੰਜੀਲ ਨਹੀਂ, ਕੁਰਾਨ ਨਹੀਂ, ਅਤੇ ਫਿਰ ਉਹ ਇਮਾਮ ਮੁਬੀਨ ਹੈ ਕੌਣ? ਮੇਰੇ ਆਕਾ ਨੇ ਫਰਮਾਇਆ ਆਵਣ ਵਾਲਾ ਕੌਣ ਹੈ? ਉਹਨਾਂ ਆਖਿਆ ਜੀ ਅਬੂ ਤਾਲਬ ਦੇ ਬੇਟਾ ਅਲੀ ਹੈ।
ਮੁਸਤਫਾ ਮੁਸਕਰਾ ਕੇ ਫਰਮਾਇਆ ਹਾਜ਼ਾ ਇਮਾਮ ਮੁਬੀਨ, ਇਹ ਹੈ ਇਮਾਮ ਮੁਬੀਨ ਜੇ ਸਿਤੱਲਾ ਕੁੱਲ ਸ਼ੈ ਦਾ ਇਲਮ ਰੱਖੇ। ਅਲੀ ਅਮੀਰ ਅਲ ਮੁਹਮਨੀਨ ਦੀ ਮੁਖਾਲਫਤ ਕਰ ਸੇ ਨਾ ਇੱਥੇ ਇੱਜ਼ਤ ਹੈ ਨਾ ਅੱਗੇ ਇੱਜ਼ਤ ਹੈ। ਇਹ ਜਿਹੜਾ ਅਸਾਂ ਸਾਲ ਲਿਆ, ਸਾਲ ਕਿਤਨੇ ਦਿਨਾਂ ਦਾ? 300 ਸਾਲ ਕਿਤਨੇ ਦਿਨਾਂ ਦਾ? ਸਾਰੇ ਬੋਲੋ, ਮੈਂ ਥੋੜ੍ਹਾ ਸੁਣਦਾ ਜੀ। ਸਾਲ 365 ਦਿਨਾਂ ਦਾ ਸਾਲ ਹੈ। ਇਹ ਜਿਹੜਾ 365 ਦਿਨਾਂ ਦਾ ਸਾਲ ਹੈ, ਅਸਾਂ ਆਪਣੀ ਮਰਜ਼ੀ ਨਾਲ ਨਹੀਂ ਬਣਾਇਆ, ਅੱਲਾ ਦੇ ਕੁਰਾਨ ਹੀ ਚੁਲੇ। ਮਾਵਾਂ ਦੀਆਂ ਝੋਲੀਆਂ ਦੇ ਆਜ਼ਾਦਾਰ ਉਹ ਪੜ੍ਹੇ ਲਿਖੇ ਆ ਬਾਪ ਮੇਰੇ ਸਾਹਮਣੇ ਬੈਠੇ ਹੋ, ਕੁਰਾਨ ਕੋਲੋਂ ਅਸਾਂ ਸਾਲ ਲਏ। ਇਹ 365 ਦਿਨ ਸਾਨੂੰ ਅੱਲਾ ਦੇ ਕੁਰਾਨ ਦਿੱਤੇ ਨੇ। ਜਿਹੜੇ ਅਰਬੀ ਦਾਨ ਹੋ ਤੁਸੀਂ ਜਾਣਦੇ ਹੋ, ਦਿਨ ਨੂੰ ਅਰਬੀ ਵਿੱਚ ਯੌਮ ਆਖਦੇ ਨੇ। ਪੂਰਾ ਕੁਰਾਨ ਪੜ੍ਹ ਕੇ ਵੇਖੋ ਬਾਬਾ ਜੀ, ਪੂਰੇ ਕੁਰਾਨ ਵਿੱਚ ਅੱਲਾ ਨੇ 365 ਮਰਤਬਾ ਲਫਜ਼ ਯੌਮ ਦਾ ਇਸਤੇਮਾਲ ਫਰਮਾਇਆ। ਯਾਨੀ ਅੱਲਾ ਆਪਣੇ ਕੁਰਾਨ ਵਿੱਚ ਸਾਨੂੰ ਸਾਲ ਦਿੱਤਾ। ਸਾਲ ਵਿੱਚ ਮਹੀਨੇ ਕਿਤਨੇ ਨੇ? 12 ਮਹੀਨੇ ਮਾਹਨ ਅਰਬੀ ਵਿੱਚ ਸ਼ਾਹ ਰੱਖਦੇ ਨੇ। ਜਿਹੜੇ ਪੜ੍ਹੇ ਲਿਖੇ ਬੈਠੇ ਹੋ, ਜਿਨ੍ਹਾਂ ਦੀ ਅਰਬੀ ਸਹੀ ਹੈ, ਹਾਂਜੀ ਉਹ ਮੇਰਾ ਸਾਥ ਦੇਵਿਆ ਹੈ। ਮੈਂ ਗੁਜ਼ਾਰਿਸ਼ ਕੀਤੀ ਹੈ ਸ਼ਾਰ ਸ਼ੀਨ ਹੇ ਰੇ, ਇਹ ਸ਼ਾਰ ਮਾਨ ਆਦਿਨ ਸ਼ਾਰ। ਅੱਲਾ ਨੇ ਪੂਰੇ ਕੁਰਾਨ ਵਿੱਚ 12 ਮਰਤਬਾ ਲਫਜ਼ ਸ਼ਾਰ ਦਾ ਇਸਤੇਮਾਲ ਫਰਮਾਇਆ। ਯਾਨੀ 365 ਮਰਤਬਾ ਅੱਲਾ ਨੇ ਯੌਮ ਦਾ ਇਸਤੇਮਾਲ ਕਰਕੇ ਸੰਸਾਲ ਦਿੱਤਾ ਹੈ ਕੁਰਾਨ ਵਿੱਚੋਂ, 12 ਮਰਤਬਾ ਲਫਜ਼ ਸ਼ਾਰ ਦਾ ਇਸਤੇਮਾਲ ਕਰਕੇ ਅੱਲਾ 12 ਮਹੀਨੇ ਦਿੱਤੇ ਨੇ ਸਨ ਕੁਰਾਨ ਵਿੱਚੋਂ। ਜਿਹੜੇ ਬੰਦੇ ਮਾਵਾਂ ਦੀਆਂ ਝੋਲੀਆਂ ਤੋਂ ਅਲੀ ਉਨ ਵਲੀਲਾ ਪੜ੍ਹਦੇ ਨੇ, ਸਲਮੇ ਤਾਂ ਕੈਮ ਤੇ ਡੈ ਮੈਨ, ਉਹਨਾਂ ਦਾ ਕੰਨ ਸੁਣੇ, ਦਿਲ ਠਰੇ, ਚਿਹਰਾ ਖਿਲੇ, ਜ਼ਬਾਨ ਨਹਲੇ, ਤੂੰ ਜਾਣੇ ਮਾਮ ਜਾਣੇ। ਮੈਂ ਉਹਨਾਂ ਬੰਦਿਆਂ ਨਾਲ ਗੱਲ ਕਰਦਾ ਰਹਿੰਦਾ ਜਿਹੜੇ ਬੰਦੇ ਆਦੇ ਨੇ, ਮੇਰੀ ਨਮਾਜ਼ ਕੁਰਾਨ ਨਾਲ, ਮੇਰਾ ਰੋਜ਼ਾ ਕੁਰਾਨ ਨਾਲ, ਮੇਰੀ ਹਜ ਕੁਰਾਨ ਨਾਲ, ਮੇਰੀ ਜ਼ਕਾਤ ਕੁਰਾਨ ਨਾਲ, ਮੇਰਾ ਜਿਹਾਦ ਕੁਰਾਨ ਨਾਲ, ਮੇਰਾ ਤਵੱਲਾ ਕੁਰਾਨ ਨਾਲ, ਤੇਰੀ ਦਾੜ੍ਹੀ ਕੁਰਾਨ ਨਾਲ, ਤੇਰਾ ਕਲਮਾ ਕੁਰਾਨ ਨਾਲ, ਤੇਰੀ ਅਜ਼ਾਨ ਕੁਰਾਨ ਨਾਲ। ਜਿਹੜੇ ਵੇਲੇ ਸਾਲ ਤੇਰਾ ਕੁਰਾਨ ਹੀ ਚੂਏ, ਮਹੀਨਾ ਤੇਰਾ ਕੁਰਾਨ ਹੀ ਚੂਏ, ਤਾਂ ਮੈਂ ਆਦਰ ਆਉਂਦਾ ਤੁਹਾਡੇ ਤਵੱਸਲ ਵਸੀਲੇ ਨਾਲ, ਪੂਰਾ ਵਰਲਡ ਵੇਦਾ ਖੜਾ ਹੈ। ਮੈਂ ਗੁਜ਼ਾਰਿਸ਼ ਕਰਦਾ ਰਹਿੰਦਾ ਜਿਹੜੇ ਵੇਲੇ ਤੇਰੀਆਂ ਸਾਰੀਆਂ ਇਬਾਦਤਾਂ ਦਾ ਤਾਲੁਕ ਕੁਰਾਨ ਨਾਲ ਹੈ, ਫਿਰ ਇਸ ਕੁਰਾਨ ਦੇ 3 ਪਾਰਿਆਂ ਦਾ ਵਾਸਤਾ ਹੀ ਇਮਾਮ ਵੀ ਆਪਣੀ ਮਰਜ਼ੀ ਦਾ ਨਾ ਬਣਾ, ਇਮਾਮ ਵੀ ਉਹ ਬਣਾ ਜਿਹੜਾ ਅੱਲਾ ਦਾ ਕੁਰਾਨ ਆਖੇ। ਇਹ ਖਿਆਲ ਤੁਨ, ਯਾਨੀ ਇਮਾਮ ਵੀ ਆਪਣੀ ਹੈਦਾਰੀ, ਇਮਾਮ ਵੀ ਆਪਣੀ ਮਰਜ਼ੀ ਦਾ ਨਾ ਬਣਾ, ਇਮਾਮ ਵੀ ਉਹ ਬਣਾ ਜਿਸ ਦਾ ਐਲਾਨ ਅੱਲਾ ਦਾ ਕੁਰਾਨ ਕਰੇ। ਇਹ ਜਿਹੜਾ ਕੁਰਾਨੀ ਇਮਾਮ ਹੈ, ਇਹ ਜਿਸ ਤਰ੍ਹਾਂ 365 ਯੌਮ ਦਾ ਅੱਲਾ ਨੇ ਜ਼ਿਕਰ ਕੀਤਾ, ਅਸਾਂ ਸਾਲ ਬਾਬਾ ਜੀ ਕੁਰਾਨ ਚੁ ਲਿਆ, 12 ਮਰਤਬਾ ਲਫਜ਼ ਇਸ਼ਾਰ ਦਾ ਇਸਤੇਮਾਲ ਹੋਇਆ, ਅਸਾਂ ਮਹੀਨੇ ਕੁਰਾਨ ਚੁ ਲਏ, ਇੰਝ ਨਹੀਂ ਹੀ ਪੂਰੇ ਕੁਰਾਨ ਨੂੰ ਅਗਰ ਤੁਸੀਂ ਪੜ੍ਹ ਕੇ ਵੇਖੋ, ਤਾਂ ਅੱਲਾ ਨੇ ਪੂਰੇ ਕੁਰਾਨ ਵਿੱਚ 12 ਮਰਤਬਾ ਲਫਜ਼ ਇਮਾਮ ਦਾ ਇਸਤੇਮਾਲ ਫਰਮਾਇਆ। ਇਹ 12 ਮਰਤਬਾ ਲਫਜ਼ ਇਮਾਮ ਦਾ ਇਸਤੇਮਾਲ ਕਰਕੇ ਅੱਲਾ ਨੇ ਆਪਣੀ ਕਲਾਮ ਵਿੱਚ, ਕੁਰਾਨ ਵਿੱਚ 12 ਇਮਾਮਾਂ ਦੀ ਇਮਾਮਤ ਦਾ ਐਲਾਨ ਫਰਮਾਇਆ। ਤੋ ਕੁਰਾਨ ਦਾ ਇਮਾਮ ਕੈਸਾ ਹੋਣਾ ਚਾਹੀਦਾ? ਜਿਹੜਾ ਕੁਰਾਨ ਦੀ ਤਰ੍ਹਾਂ ਹੋਵੇ, ਜਿਵੇਂ ਦਾ ਕੁਰਾਨ ਇਵੇਂ ਦਾ ਕੁਰਾਨੀ ਇਮਾਮ ਹੋਣਾ ਚਾਹੀਦਾ। ਕੁਰਾਨ ਤੈਯਬ ਹੈ, ਇਮਾਮ ਤੈਯਬ ਚਾਹੀਦਾ। ਕੁਰਾਨ ਤਹਿਰ ਹੈ, ਇਮਾਮ ਤਹਿਰ ਚਾਹੀਦਾ। ਕੁਰਾਨ ਜੈਯਦ ਹੈ, ਇਮਾਮ ਸੈਯਦ ਚਾਹੀਦਾ। ਕੁਰਾਨ ਵਿੱਚ ਇੱਕ ਆਇਤ ਲਾ ਰਤਬ ਵਲਾ ਯਾਬਿਸ ਇਲਾ ਫੀ ਕਿਤਾਬ ਮੁਬੀਨ, ਜੋ ਮੇਰੇ ਅੰਦਰ ਹਰ ਖੁਸ਼ਕ ਤਰਦ ਜ਼ਿਕਰ ਮੌਜੂਦ ਹੈ, ਕੁਰਾਨ ਵਿੱਚ ਹਰ ਸ਼ੈ ਦਾ ਜ਼ਿਕਰ ਮੌਜੂਦ ਹੈ, ਇਮਾਮ ਵੀ ਐਸਾ ਮਨ ਜਿਹੜਾ ਦਾਵੇ ਸਲੂ ਨਹੀਂ ਕਰਦਾ ਨਜ਼ਰ ਆਵੇ। ਸਾਡੇ ਕਿਤਨੇ ਇਮਾਮ ਹਨ ਜੀ? ਸਾਰੇ ਬੋਲੋ,
ਬਾਰਾਂ ਇਮਾਮ, ਇਹ ਬਾਰਾਂ ਦੇ ਬਾਰਾਂ ਇਮਾਮ ਉਹ ਹਨ ਜਿਨ੍ਹਾਂ ਦੀ ਤਸਦੀਕ ਕੁਰਾਨ ਫਰਮਾਈ ਹੈ। ਪਹਿਲਾ ਇਮਾਮ ਅਲੀ ਉਲ ਮੁਰਤਦਾ, ਸ਼ੀਆਂ ਦਾ ਪਹਿਲਾ ਇਮਾਮ ਅਤੇ ਸੁਨੀਆਂ ਦਾ ਚੌਥਾ ਯਾਰ। ਇਹ ਸਾਡਾ ਪਹਿਲਾ ਇਮਾਮ ਆਇਆ ਕਿੱਥੇ? ਕਾਬੇ, ਕਾਬੇ ਦੇ ਐਨ ਸੈਂਟਰ 'ਚ। ਬਾਬੂ ਜੀ ਮੈਂ ਰਵਾਇਤਾਂ ਪੜ੍ਹੇ, ਜਿਹੜੇ ਵੇਲੇ ਅਲੀ ਦੀ ਅੰਮਾ ਕਾਬੇ ਗਏ ਨਾ, ਅਤੇ ਬੀਬੀ ਨੇ ਦੁਆ ਦੇ ਹੱਥ ਬੁਲੰਦ ਕੀਤੇ ਅਤੇ ਕਾਬੇ ਦੀ ਦੀਵਾਰ ਨੇ ਮੁਸਕਰਾ ਕੇ ਅਲੀ ਦੀ ਅੰਮਾ ਨੂੰ ਰਾਹ ਦਿੱਤਾ। ਤਨਹੀ ਆਲੇ ਉਹ ਗਿਰਦੋਨਵਾ ਤੋਂ ਆਏ ਮੋਮਨੀ ਨੂੰ ਸਦਾ, ਅਤੇ ਰਾਹ ਅਲੀ ਦੀ ਅੰਮਾ ਜਿਹੜਾ ਕਾਬੇ ਦਿੱਤਾ, ਇਹ ਦੋ ਚਾਰ ਫੁੱਟ ਦਾ ਨਹੀਂ। ਮੈਂ ਰਵਾਇਤਾਂ ਪੜ੍ਹੇ, ਅਗਰ ਘੋੜਾ ਸਵਾਰ ਘੋੜੇ 'ਤੇ ਸੈਯਦਾਦਾ ਚੜ੍ਹ ਕੇ ਗੁਜ਼ਰਨਾ ਚਾਹੇ ਆ, ਇਹ ਇਤਨਾ ਕਾਬੇ ਦੀ ਦੀਵਾਰ ਨੇ ਅਲੀ ਦੀ ਅੰਮਨ ਰਸਤਾ ਦਿੱਤਾ ਹੈ ਜੋ ਘੋੜਾ ਸਵਾਰ ਘੋੜੇ 'ਤੇ ਚੜ੍ਹ ਕੇ ਗੁਜ਼ਰ ਸਕਦਾ ਹਾਂ। ਉਸ ਵੇਲੇ ਇਤਨਾ ਰਸਤਾ, ਅੱਜ ਸਿਰਫ ਲਕੀਰ, ਅੱਜ ਸਿਰਫ ਲਕੀਰ। ਇਹ ਜਦਾਂ ਦਾ ਕਾਬਾ ਬਣਿਆ ਉਸ ਦਿਨ ਤੋਂ ਅੱਜ ਤੱਕ 17 ਮਰਤਬਾ ਕਾਬੇ ਦੀ ਤਾਮੀਰ ਹੋ ਚੁੱਕੀ। ਜਲਦੀ ਤਾਂ 17 ਮਰਤਬਾ ਕਾਬੇ ਦੀ ਤਾਮੀਰ ਹੋ ਚੁੱਕੀ ਔਰ 52 ਮਰਤਬਾ ਉਸ ਲਕੀਰ ਨੂੰ ਮਿਟਾਉਣ ਵਾਸਤੇ ਮੁਖਤਲਿਫ ਮੁਲਕਾਂ 'ਚੋਂ ਇੰਜੀਨੀਅਰ ਮੰਗਵਾਏ ਗਏ, ਸਿੱਕੇ ਮੰਗਵਾਏ ਗਏ, ਧਾਤਾਂ ਭਰਾਈਆਂ ਗਈਆਂ। ਇਹ ਜਿਹੜੇ ਵੇਲੇ ਧਾਤਾਂ ਭਰ ਕੇ ਸਿੱਕੇ ਭਰ ਕੇ ਇੰਜੀਨੀਅਰ ਮੁਬਾਰਕ ਦੇਵਣ ਲੱਗਦਾ ਈ, ਉਸ ਵੇਲੇ ਕਾਬੇ ਦੀ ਦੀਵਾਰ ਫਿਰ ਮੁਸਕਰਾ ਕੇ ਆਦੀ ਆਈ, ਲਾਨਤ ਹੋਵੀ ਇਹ ਲਕੀਰ ਨਹੀਂ ਮਿਟ ਸਕਦੀ। ਤਵਜੋ ਹੈ ਮੇਰੇ ਪਾਸ। ਯਾਨੀ ਲਕੀਰ ਮਿਟਾਉਣ ਵਾਸਤੇ ਜੀ 52 ਮਰਤਬਾ ਇੰਨਾ ਕੋਸ਼ਿਸ਼ ਕੀਤੀ, 17 ਮਰਤਬਾ ਕਾਬੇ ਦੀ ਤਾਮੀਰ ਹੋਈ ਹੈ। ਨੌਜਵਾਨ ਪੱਲੇ ਬੰਨਣ ਦੀ ਕੋਸ਼ਿਸ਼ ਕਰਿਆ, 17 ਮਰਤਬਾ ਕਾਬਾ ਤਾਮੀਰ ਹੋ ਜਾਏ, 52 ਮਰਤਬਾ ਚਾਚਾ ਜੀ ਇਸ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੇ ਬੰਦੇ 5-7 ਸਾਲ 10 ਸਾਲ ਤੱਕ ਸ਼ੀਆ, ਮੈਂ ਟੀਪ ਦਾ ਜੁਮਲਾ ਆਖਣ ਲੱਗਾ ਅਤੇ ਹਰ ਮਜਲਸ ਹੈ ਸੈਯਦਾਦਾ, ਤੁਹਾਡੀ ਦੁਆ ਨਾਲ ਮੈਂ ਟੀਪ ਦਾ ਜੁਮਲਾ ਆਖਦਾ ਰਹਿੰਦਾ, ਜਿਵੇਂ ਜ਼ਾਕਰਾ ਦਿਨ ਮੇਰਾ ਟੀਪ ਦਾ ਬੰਦ ਹੈ, ਇੰਝ ਮੈਂ ਟੀਪ ਦਾ ਜੁਮਲਾ ਆਖਣ ਲੱਗਾ। ਜਿਹੜੇ ਬੰਦੇ 10 ਸਾਲ ਤੱਕ ਅਲੀ ਉਲ ਵਲੀ ਉੱਲਾ ਪੜ੍ਹ ਕੇ ਮਜਲਸ 'ਚ ਆਏ, ਜਿਹੜੇ ਦੂਜੀ ਚੌਥੀ ਵਾਰੀ ਮਜਲਸ 'ਚ ਆਏ, ਉਹਨਾਂ ਨੂੰ ਛੁੱਟੀ ਦੇਣਾ, ਦੁਆ ਦੇਣ ਉਹਨਾਂ ਦੀ ਮਰਜ਼ੀ, ਨਾ ਦੇਣ ਉਹਨਾਂ ਦੀ ਮਰਜ਼ੀ, ਦਾ ਦੇਣ ਉਹਨਾਂ ਦੀ ਮਰਜ਼ੀ, ਨਾ ਦੇਣ ਉਹਨਾਂ ਦੀ ਮਰਜ਼ੀ, ਬੋਲਣ ਉਹਨਾਂ ਦੀ ਮਰਜ਼ੀ, ਨਾ ਬੋਲਣ ਉਹਨਾਂ ਦੀ ਮਰਜ਼ੀ। ਜਿਹੜੇ ਬੰਦੇ ਮਾਵਾਂ ਦੀਆਂ ਝੋਲੀਆਂ ਤੋਂ ਅਲੀ ਉਲ ਵਲੀ ਉੱਲਾ ਪੜ੍ਹਦੇ ਨੇ, ਸਲਮੇ ਤਾਂ ਕਾਇਮ ਤਾਂ ਦਹਿਮ ਉਹਨਾਂ ਦਾ ਕੰਨ ਸੁਣੇ, ਸੈਯਦਾਦਾ ਉਹਨਾਂ ਦਾ ਦਿਲ ਠਰੇ, ਚਿਹਰਾ ਖਿਲੇ, ਜ਼ਬਾਨ ਨਾ ਹਲੇ, ਇਹ ਹੋ ਹੀ ਨਹੀਂ ਸਕਦਾ। ਜ਼ਾਕਰ ਸਾਹਿਬ ਤੋਂ ਲੈ ਕੇ ਆਖਰੀ ਬੰਦੇ ਤੱਕ ਹਰ ਰਾਲੀ ਦਾਵਤ ਪਿਆ ਦੇਣਾ, 52 ਦਫ਼ਾ ਲਕੀਰ ਮਿਟਾਵਣ ਦੀ ਇੰਨਾ ਕੋਸ਼ਿਸ਼ ਕੀਤੀ ਹੈ ਅਤੇ ਲਕੀਰ ਨਹੀਂ ਮਿੱਟੀ। ਮੈਂ ਆਦਰਾਨਾ, ਜਿੰਨਾ ਬੰਦਿਆਂ ਤੋਂ ਲਕੀਰ ਨਹੀਂ ਮਿੱਟੀ, ਉਹਨਾਂ ਬੰਦਿਆਂ ਤੋਂ ਗਦੀਰ ਕਿਵੇਂ ਮਿਟ ਸਕਦੀ ਹੈ? ਜਿੰਨਾ ਮਾਲਕ ਇੱਜ਼ਤਾਂ ਕਰ, ਜਿੰਨਾ ਬੰਦਿਆਂ ਤੋਂ ਲਕੀਰ ਨਹੀਂ ਮਿੱਟੀ, ਉਹਨਾਂ ਬੰਦਿਆਂ ਤੋਂ ਗਦੀਰ ਮਿੱਟਦੀ ਹੈ। ਇਹ ਵੇਖੋ ਡੇਰਿਆਂ 'ਤੇ ਬਹਿ ਕੇ ਇੱਕ ਮਿਸਾਲ ਦਿੱਤੀ ਵੈਂਦੀ ਹੈ, ਫਲਾਂ ਬੰਦਾ ਲਕੀਰ ਕਾ ਫਕੀਰ ਹੈ। ਆਹਦੇ ਨਾ ਫਲਾਣਾ ਲਕੀਰ ਦਾ ਦੁਨੀਆ ਸਮਝਦੀ ਹੈ ਝੱਲੇ, ਅਤੇ ਜਿਸ ਦੀ ਕਿਸਮਤ 'ਚ ਲਕੀਰ ਆ ਜਾਏ ਉਸ ਜੈਸਾ ਵੀ ਕਾਇਨਾਤ 'ਚ ਕੋਈ ਗਨੀ ਹੋ ਸਕਦਾ। ਜਿਹੜਾ ਇਸ ਲਕੀਰ ਦਾ ਕਿਬਲਾ ਫਕੀਰ ਹੋ ਜਾਏ, ਇਸ ਤੋਂ ਵੱਡਾ ਹੋਰ ਜਹਾਨ 'ਤੇ ਉਹ ਦੌਲਤਮੰਦ ਅਤੇ ਬਾਦਸ਼ਾਹ ਅਤੇ ਸ਼ਹਿਨਸ਼ਾਹ 'ਤੇ ਗਨੀ ਕਿਵੇਂ ਹੋ ਸਕਦੇ? ਇਹ ਉਹ ਲਕੀਰ ਹੈ ਜਿਸ ਦੀ ਮਿਸਾਲ ਮਸ਼ਹੂਰ ਹੈ, ਫਲਾਂ ਲਕੀਰ ਕਾ ਫਕੀਰ ਹੈ।
ਇਹ ਇੱਕ ਜੁਮਲਾ ਹੋਰ ਵੀ ਸਾਡੇ ਡੇਰਿਆਂ 'ਤੇ ਆਉਂਦਾ, ਮੈਂ ਜ਼ਹਿਮ ਤੁਹਾਨੂੰ ਕਹਿੰਦਾ ਖੜਾ, ਫਲਾਣਾ ਬੰਦਾ ਨਤੀ ਨਿਚੋਂ ਸਲਾਮਤ ਰਹੋ, ਨਤੀ ਨਿਚੋਂ। ਮਿਸਾਲ ਤੁਸੀਂ ਸੁਣੀ ਹੋਈ ਹੈ, ਇਹ ਗੱਲ ਚੱਲੀ ਕਿੱਥੋਂ ਹੈ? ਬ ਫਲਾਣਾ ਬੰਦਾ ਨਤੀ ਨਿਚੋਂ ਹੈ, ਨਤੇਰਾ ਇਚੋਂ ਹੈ। ਅਗਰ ਥਨੀ ਲਾ ਲਿਓ ਤੁਸੀਂ ਇਸ ਜੁਮਲੇ ਦਾ ਮੁੱਲ ਨਹੀਂ ਪਾਉਣਾ, ਤਾਂ ਮੈਂ ਕਿਹੜੇ ਬੂਹੇ ਤੋਂ ਵੰਜ ਕੇ ਇਸ ਦੀ ਕੀਮਤ ਮੰਗਸਾਂ? ਫਲਾਣਾ ਬੰਦਾ ਨਤੀ ਨਿਚੋਂ ਹੈ, ਨਤੇਰਾ ਇਚੋਂ। ਤ੍ਰੈ ਸ਼ਬਾਨ ਅਲ ਮੁਅੱਜ਼ਮ ਹੁਸੈਨ ਦੁਨੀਆ 'ਤੇ ਆਏ, 13 ਰਜਬ ਉਲ ਮੁਰੱਜਬ ਅਲੀ ਅਮੀਰ ਅਲ ਮੁਹਮਨੀਨ ਕਾਬੇ ਦੇ ਐਨ ਸੰਦਰੇ ਚਾਇਰ। ਇਹ ਜਿਹੜਾ ਬੰਦਾ ਬਦਤਮੀਜ਼ੀ ਕਰੇ ਉਸ ਨੂੰ ਮੁਆਸ਼ਰੇ 'ਚ ਬੰਦੇ ਆਦੇ ਨੇ ਨਤੀ ਨਿਚੂ ਨ ਤੇਰਾਂ ਚੂੰ। ਹਕੀਕਤ 'ਤੇ ਜਾਦੇ ਖੜੇ ਹੁੰਦੇ ਨਏ ਹੁਸੈਨ ਦਈ ਨਏ ਅਲੀ ਦਈ। ਤਵਜੋ ਹੈ ਮੇਰੇ ਪਾਸ, ਹੁਸੈਨ ਦੀਨ ਹੈ, ਅਲੀ ਯਮਾਨ ਹੈ। ਅਤੇ ਜਿਹੜਾ ਬੰਦਾ ਹੁਸੈਨ ਦਾ ਨਹੀਂ ਉਹ ਬੇਦੀਨ ਹੈ, ਜਿਹੜਾ ਅਲੀ ਦਾ ਨਹੀਂ ਉਹ ਬੇਜਮਾਨ ਹੈ। ਜਿਹੜਾ ਬੇਦੀਨ ਹੈ ਉਹਦੇ 'ਤੇ ਵੀ ਲਾਨਤ ਹੈ, ਜਿਹੜਾ ਬੇਜਮਾਨ ਹੈ ਉਸ ਬੰਦੇ 'ਤੇ ਵੀ ਲਾਨਤ ਹੈ। ਅਗਰ ਕੈਨਾਤ ਜਹਾਨ ਦਰੈਨ ਦੇ ਬੰਦੇ ਅਲੀ ਅਮੀਰ ਅਲ ਮੁਹਮਨੀਨ ਦੀ ਫਜ਼ੀਲਤ ਦੇ ਕੈਲ ਹੁੰਦੇ, ਅਲੀ ਦੀ ਧੀ ਦਾ ਨੇਜ਼ੇ ਨਾਲ ਬੁਰਕਾ ਨਾ ਲਵੇ। ਅੱਲਾਹ ਤੁਹਾਡੀਆਂ ਨਸਲਾਂ 'ਤੇ ਰਹਿਮ ਕਰੇ, ਅੱਲਾਹ ਤੁਹਾਡੀਆਂ ਹਵੇਲੀਆਂ 'ਤੇ ਰਹਿਮ ਕਰੇ, ਅੱਲਾਹ ਤੁਹਾਡੀਆਂ ਨਾਵਾਜ਼ਾਂ 'ਤੇ ਰਹਿਮ ਕਰੇ। ਜਿਤਨੇ ਲੋਕਾਂ ਨੇ ਜ਼ਿਕਰ ਪਾਕ ਨਾਲ ਜਿਤਨਾ ਜਿਤਨਾ ਤਾਮੁਨ ਕੀਤਾ, ਮਲਕੇ ਕੈਨਾਤ ਹਰ ਇੱਕ ਦੀ ਇਬਾਦਤ ਕਬੂਲ ਕਰੇ, ਰਿਜ਼ਕ 'ਚ ਬਰਕਤ ਹੋਵੇ, ਇੱਜ਼ਤ 'ਚ ਬਖਤ 'ਚ ਇਜ਼ਾਫਾ ਹੋਵੇ, ਮਰਹੂਮੀਨ ਦੇ ਮਾਲਕ ਦਰਜਾਤ ਬੁਲੰਦ ਕਰੇ, ਬਾਨੀਆਂ ਦੇ ਮਰਹੂਮੀਨ ਦੇ, ਤੁਹਾਡੇ ਮੇਰੇ ਮਰਹੂਮੀਨ ਦੇ ਮਾਲਕ ਦਰਜਾਤ ਬੁਲੰਦ ਕਰੇ। ਇਤਨੀਆਂ ਦੁਆਵਾਂ ਦੇ ਬਾਅਦ ਗੁਜ਼ਾਰਿਸ਼ ਪੇ ਕਰਦਾ, ਜਿਹੜੇ ਵੇਲੇ ਮੁਖਤਾਰ ਬਦਲੇ ਲੈਣੇ ਸ਼ੁਰੂ ਕੀਤੇ ਨਾ, ਅਤੇ ਜਨਾਬੇ ਮੁਖਤਾਰ ਨੂੰ ਸੈਯਦਾਦਾ ਮਿਲੀਏ ਸ਼ਾਹੀ, ਮੈਂ ਮਕਦਲ 'ਚ ਪੜ੍ਹੇ, ਜਨਾਬੇ ਮੁਖਤਾਰ ਤਖ਼ਤ 'ਤੇ ਨਹੀਂ ਬੈਠੇ, ਸੈਯਦ ਉਸ ਮਕਾਮ 'ਤੇ ਬੈਠੇ ਨੇ ਜਿੱਥੇ ਤੁਹਾਡੇ ਦਾਦੇ ਦਾ ਤਸ਼ 'ਤੇ ਚਿਸ ਕੁੱਤੇ ਸਰ ਰੱਖਿਆ। ਹਾਂ, ਜਾਣਦੇ ਹੋ ਕਿੱਥੇ ਸਰ ਆਈ? ਤਖ਼ਤ ਦੀ ਤਲਵੀ ਪੌੜੀ, ਤਸ਼ 'ਤੇ ਤੇ ਮਜ਼ਲੂਮ ਦਾ ਸਰ, ਅਕਬਰ ਦੇ ਬਾਬੇ ਦਾ ਕੱਟੇ ਹੋਇਆ ਸਰ ਤਸ਼ 'ਤੇ ਉੱਤੇ ਰੁਮਾਲ। ਇਹ ਉਸ ਮਕਾਮ 'ਤੇ ਮੁਖਤਾਰ ਬੰਦ ਆਈ, ਆਜ਼ਾਦਾਰ ਆਈ, ਮਾਤਮੀ ਆਈ। ਜਿਹੜੇ ਵੇਲੇ ਪ੍ਰੋਗਰਾਮ ਮੁਖਤਾਰ ਦਾ ਬਣਿਆ ਨਾ ਮਾਤਮ 'ਤੇ ਰੋਵਣ 'ਤੇ, ਫਿਰ ਅਕਬਰ ਦੇ ਬਾਬੇ ਵਾਲੇ ਤਸ਼ਤ ਵਾਲੀ ਜਾਨ ਚੁੰਮਦਾ ਈ, ਅਤੇ ਮੂੰਹ 'ਤੇ ਮਾਤਮ ਕਰਕੇ ਕਰਬਲਾ ਵਾਲੇ ਪਾਸੇ ਮੂੰਹ ਕਰਕੇ ਵਹਿਣ ਕਰਕੇ ਸੈਯਦਾਦਾ ਰੋਂਦਾ ਈ, ਅਤੇ ਰੋ ਕੇ ਮੁਖਤਾਰ ਆਦਾ ਈ, ਉਹ ਮਕਾਮ ਏ ਜਿੱਥੇ ਤੇਰਾ ਕੱਟਿਆ ਸਰ ਤਖ਼ਤ ਦੀ ਤਲਵੀ ਪੌੜੀ 'ਤੇ ਇਹਨਾਂ ਸ਼ਰਾਬੀਆਂ ਰੱਖਿਆ। ਹਾ ਮੌਲਾ, ਉਸ ਵੇਲੇ ਕਿਵੇਂ ਨਿਭੀ ਹੋਣੀ ਏ ਜਦਾਂ ਤੇਰਾ ਸਰ ਤਖ਼ਤ ਦੀ ਤਲਵੀ ਪੌੜੀ ਆਈ, ਤਾਂ ਤੇਰੀਆਂ ਬਹਿਣਾਂ ਇੰਜ ਖਲੋਤੀਆਂ ਰਹੀਆਂ। ਮੌਲਾ, ਤੇਰੀ ਕਿਵੇਂ ਨਿਭੀ ਹੋਣੀ ਹੈ? ਵਤ ਮੂੰਹ 'ਤੇ ਮਾਤਮ ਕਰਦਾ ਹੀ, ਆਜ਼ਾਦਾਰ ਰੁੰਦਾ ਹੀ। ਬਸ਼ੀਆ ਸੁਣੀ ਸਾਡਾ ਤੋਂ ਮੋਮਨੀਨ, ਅਕਬਰ ਦੇ ਕਾਤਲ ਦਾ ਸਰ ਕਪੇਸ, ਜਨਾਬ ਅਬਾਸ ਦੇ ਕਾਤਲ ਦਾ ਸਰ ਕਪੇਸ, ਇਵੇਂ ਕਾਤਲਾਂ ਦੇ ਸਰ ਕੱਪ ਕੱਪ ਕੇ ਸ਼ੀਆ ਸੁਣੀ ਇੱਕ ਜਗ੍ਹਾ 'ਤੇ ਇਕੱਠਾ ਕੀਤੇ ਸੀ। ਇਹ ਸਰ ਇੱਕ ਟੋਕਰੇ 'ਚ ਰੱਖ ਕੇ ਚਿੱਟੀਆਂ ਦਾੜੀਆਂ ਵਾਲੇ ਮੋਮਨੀ ਨੂੰ, ਸਦਾਤ ਇਬਰਾਹੀਮ ਨੂੰ ਮਦੀਨੇ ਭੇਜੀਏ ਸੀ। ਵਾਂ ਸੈਯਦੋ ਸਾਜਦੀਨ ਨੂੰ ਆਖ, ਤੇਰੇ ਬਾਬੇ ਦੇ ਕਾਤਲ ਦਾ ਸਰ ਮੌਜੂਦ ਹੈ, ਤੇਰੇ ਭਰਾ ਅਕਬਰ ਦੇ ਕਾਤਲ ਦਾ ਸਰ ਮੌਜੂਦ ਹੈ, ਤੇਰੇ ਚਾਚੇ ਅਬਾਸ ਦੇ ਕਾਤਲ ਦਾ ਸਰ ਮੌਜੂਦ ਹੈ, ਤੇਰੇ ਭਰਾ ਇਹ ਭਰਾਵਾਂ ਦੇ ਚਾਚਿਆਂ ਦੇ ਭਤੀਜਿਆਂ ਦੇ ਜਿਹੜੇ ਕਾਤਲ ਇਹਨਾਂ ਦੇ ਸਰ ਮੌਜੂਦ ਹਨ। ਹੁਣ ਮਿਹਰਬਾਨੀ ਕਰ, ਨੌਕਰ 'ਤੇ ਮਿੰਨਤ ਲਾ, ਮਦੀਨਾ ਛੋੜ, ਕੂਫਿਆ ਅਤੇ ਤਖ਼ ਸੰਭਾਲ, ਅਤੇ ਦੂਜੀ ਨੌਕਰ ਦੀ ਮਿੰਨਤ ਆਪਣੀ ਅੱਖੀ ਦੀ ਰਾਤ ਰੋਕ, ਅਤੇ ਮੈਂ ਮਿੰਨਤ ਕਰਦਾ ਮੇਰੀ ਤਰਫੋਂ ਮਾਂ ਦੀ ਮਿੰਨਤ ਕਰ, ਅਸਗਰ ਦੀ ਅੰਮਾ ਧੁੱਪ ਛੋੜੇ ਅਤੇ ਛਾਂ 'ਤੇ ਆਵੇ, ਠੱਡਾ ਪਾਣੀ ਪੀਵਣਾ ਸ਼ੁਰੂ ਕਰੇ।
ਬਸ ਚਿੱਟੀਆਂ ਦਾੜੀਆਂ ਵਾਲੇ ਜਿਹੜੇ ਵੇਲੇ ਇਬਰਾਹੀਮ ਪਹੁੰਚਿਆ ਨਾ ਤਾਂ ਸੈਯਦ ਉਹ ਸਾਜਦੀਨ ਨੂੰ ਜਨਾਬ ਮੁਖਤਾਰ ਦਾ ਸੈਯਦਾ ਦਾ ਪੈਗਾਮ ਪਹੁੰਚਾਇਆ ਸੀ, ਮੇਰੇ ਇਮਾਮ ਨੂੰ ਖੁਸ਼ੀ ਨਹੀਂ ਹੋਈ, ਰੁਨੇ ਪਹਿਲੇ ਨਾਲੋਂ ਚੀਖਾ ਮਾਰ ਕੇ ਚੁੱਕੇ, ਖੂਨ ਦੇ ਅੱਖਾਂ 'ਚੋਂ ਬਾਹਰ ਆਏ, ਜਿਨ੍ਹਾਂ ਦੇ ਹੱਥ ਜਨਾਬ ਅਬਾਸ ਦੀ ਅਮਾਨਤ ਸੀਨਾ ਪਿਆਰਾ ਨਕਰਿਆ ਹੈ, ਮੈਨੂੰ ਹੁਸੈਨ ਦੀ ਇੱਜ਼ਤ ਦੀ ਕਸਮ ਹੈ, ਹੁਸੈਨ ਦੀ ਪੱਗ ਦਾ ਵਾਰਸ ਰੋ ਕੇ ਆਦੇ ਮੁਖਤਾਰ ਨੂੰ ਮੰਨ ਕੇ ਆਖੇ, ਬਤਰੀਆ ਸਜਾਦ ਪਿਆ ਦੇਈ, ਮੇਰੀ ਅੱਖੀ ਦੀ ਰੱਤ ਕਿਵੇਂ ਰੁਕੇ, ਮੇਰੀ ਮਾਂ ਧੁੱਪ ਤੋਂ ਉੱਠ ਕੇ ਛਾਂ 'ਤੇ ਕਿਵੇਂ ਆਵੇ, ਹਾਲੇ ਅਸਗਰ ਦਾ ਕਾਤਲ ਤਾਂ ਜੀਂਦਾ ਵਧੇ। ਇਸ ਜੁਮਲੇ ਦਾ ਅਸਰ ਕੋਈ ਇੰਝ ਹੋਏ, ਮੁਖਤਾਰ ਮੂੰਹ 'ਤੇ ਮਾਤਮ ਕਰਿੰਦਾ ਵਾਪਸ ਹਟਿਆ, ਘੋੜੇ ਦੀ ਜ਼ੀਨ 'ਤੇ ਬੈਠਾ, ਘੋੜਾ ਭਜਾ, ਇਸ ਦਿਨ ਰਾਤ ਘੋੜਾ ਭਜੈਂਦਾ ਵਾਪਸ ਆਇਆ। ਮਾਵਾਂ ਦੀਆਂ ਝੋਲੀਆਂ ਦੇ ਅਜ਼ਾਦਾਰ ਹੋ, ਕੋਈ ਬਾਤ ਤੁਹਾਡੇ ਵਾਸਤੇ ਨਵੀਂ ਨਹੀਂ। ਇਹ ਜਿਹੜੇ ਵੇਲੇ ਵਾਪਸ ਆਏ ਨਾ, ਦਰਬਾਰ ਦੇ ਬਾਹਰੋਂ ਘੋੜੇ ਤੋਂ ਲੱਥਾ ਅੰਦਰ ਦਰਬਾਰ ਦੇ ਦਾਖਲ ਹੋਇਆ, ਹਾਲਤ ਇਬਰਾਹੀਮ ਦੀ ਕਿਹੜੀ ਹੈ, ਗਿਰਬਾਨ ਚਾਹ ਕੇ ਅਮਾਮਾ ਗੱਲ 'ਚ, ਸਫ਼ਰ ਦੀ ਧੂੜ ਇਬਰਾਹੀਮ ਦੇ ਸਰ 'ਚ, ਪੈਰਾਂ ਦੀ ਸੈਯਦ ਜ਼ਿਆਦਾ ਪੈਰਾਂ ਦੀ ਇਸ ਨਾਲ ਲੈਣ ਲਾਹਾ ਛੋੜੀ, ਮੂੰਹ 'ਤੇ ਮਾਤਮ ਕਰਦਾ ਇਬਰਾਹੀਮ ਮੁਖਤਾਰ ਦੇ ਦਰਬਾਰ 'ਚ ਦਾਖਲ ਹੋਇਆ, ਮੁਖਤਾਰ ਦੀ ਪਈ ਇਬਰਾਹੀਮ ਦੇ ਚਿਹਰੇ 'ਤੇ ਨਿਗਾਹ, ਮਰ ਨਵੇਂ ਸੋ ਜੁਮਲੇ ਤਦੀਦ ਕਰਿਆ, ਜ਼ਮੀਨ ਤੋਂ ਬਿਫਰੇ ਸ਼ੇਰ ਦੀ ਤਰ੍ਹਾਂ ਮੁਖਤਾਰ ਉੱਠਿਆ, ਉਸ ਪਾਸੇ ਟੁਰੀਏ ਜਿਹੜੇ ਪਾਸੇ ਇਬਰਾਹੀਮ ਮਾਤਮ ਕਰਿੰਦਾ ਆਉਂਦਾ, ਅੱਗੇ ਵੱਧ ਕੇ ਇਬਰਾਹੀਮ ਨੂੰ ਹਾਨ ਨਾਲ ਲਾ ਕੇ ਇੱਥੋਂ ਇਬਰਾਹੀਮ ਦਾ ਮੱਥਾ ਚੁੰਮ ਕੇ ਮੁਖਤਾਰ ਵਹਿਣ ਕਰਕੇ ਰੁਨੇ ਅਤੇ ਰੋ ਕੇ ਆਦੇ, ਤੇਰੀ ਹਾਲਤ ਦੱਸਦੀ ਹੈ ਮਦੀਨੇ ਵਾਲੇ ਸ਼ਹੀਦਾਂ ਤੋਂ ਖੈਰ ਕੋਈ ਨਹੀਂ। ਜਿਹੜੇ ਵੇਲੇ ਆਖਿਆ ਨਾ ਤੇਰੀ ਹਾਲਤ ਦੱਸਦੀ ਹੈ ਮਦੀਨੇ ਵਾਲੇ ਸ਼ਹੀਦਾਂ ਤੋਂ ਖੈਰ, ਉਸ ਵੇਲੇ ਇਬਰਾਹੀਮ ਆਖਿਆ ਬਿਲਕੁਲ ਸੱਚ ਸਿਜਾਤਈ, ਇਹ ਜਿਤਨੇ ਮੈਂ ਸਰ ਲੈ ਕੇ ਗਿਆ ਸੈਯਦ ਉਹ ਸਾਜਦੂਨ, ਇਹਨਾਂ ਸਰਾਂ ਦੀ ਖੁਸ਼ੀ ਨਹੀਂ ਹੋਈ। ਮੇਰੇ ਇਮਾਮ ਪੇ ਫਰਮਾਉਂਦੇ ਹਨ ਹਾਲਾਂ ਤੱਕ ਹੁਰਮਲ ਦਾ ਸਰ ਮੌਜੂਦ ਨਹੀਂ, ਹਾਲਾ ਅਸਗਰ ਦਾ ਕਾਤਲ ਜੀਂਦਾ ਵੱਧੇ। ਉਸ ਵੇਲੇ ਮੁਖਤਾਰ ਮੂੰਹ 'ਤੇ ਮਾਤਮ ਕਰਕੇ ਸਿਪਾਹੀਆਂ ਨਾਲ ਦੇ, ਜਲਦੀ ਕਰੋ ਮੁਖਤਲਿਫ ਇਲਾਕੇ ਤੁਰ ਵੰਜੋ, ਮੈਨੂੰ ਸੂਰਜ ਗਰੂਬ ਹੋਵਣ ਤੋਂ ਪਹਿਲੇ ਇਹ ਕੁੱਤਾ ਆਪਣੇ ਦਰਬਾਰ 'ਚ ਚਾਹੀਦਾ। ਸ਼ੀਆ ਸੁਣੀ ਸਦਾ ਤੋਂ ਮੋਮਨੀਨ ਮੁਖਤਾਰ ਦੇ ਸਿਪਾਹੀਆਂ ਤਲਾਸ਼ ਕੀਤੀ, ਸ਼ਹਿਜ਼ਾਦੇ ਅਲੀ ਅਸਗਰ ਦੇ ਕਾਤਲ ਹੁਰਮਲ ਹਰਾਮਜ਼ਾਦੇ ਨੱਪ ਕੇ ਮੁਖਤਾਰ ਦੇ ਦਰਬਾਰ 'ਚ ਲੈ ਆਏ। ਜਿਹੜੇ ਵੇਲੇ ਦਰਬਾਰ 'ਚ ਆਏ ਨਾ ਹਰਾਮੀ, ਉਸ ਵੇਲੇ ਮੁਖਤਾਰ ਚਿਹਰੇ 'ਤੇ ਨਿਗਾਹ ਕੀਤੀ ਤਾਂ ਜ਼ਮੀਨ ਛੁੱਟ ਗਈ, ਇਸ ਦੇ ਕਰੀਬ ਬਣ ਕੇ ਸੈਯਦਾਦਾ ਮੁਖਤਾਰ ਜ਼ੋਰ ਦਾ ਤਮਾਚੇ ਦੇ ਮੂੰਹ 'ਤੇ ਮਾਰ ਕੇ ਆਦੇ, ਅੱਲਾ ਦੀ ਲਾਨਤ ਹੋਈ, ਜਿੱਦਾਂ 18 ਸਾਲ ਦਾ ਹਾਈ ਸੀਨੇ 'ਚ ਬਰਛੀ ਲੱਗੀ, ਉਸਦੀ ਮਾਂ ਠੰਡਾ ਪਾਣੀ ਵੀ ਪੀ ਰਹੀ ਹੈ, ਛਾਂ 'ਤੇ ਵੀ ਬੈਠੀ, ਜਿੱਦਾਂ 13 ਸਾਲ ਦਾ ਹਾਈ ਜ਼ਿੰਦਾ ਹਾ ਅਤੇ ਘੋੜੇ ਭੱਜ ਗਏ, ਜਿੱਦੀ ਲਾਸ਼ ਮਾਨ ਅੱਧੀ ਲੱਧੀ ਹੈ ਅਤੇ ਅੱਧੀ ਲੱਧੀ ਹੈ ਕੋਈ ਨਹੀਂ, ਉਹ ਮਾਂ ਵੀ ਠੱਡਾ ਪਾਣੀ ਪੀ ਰਹੀ ਹੈ ਅਤੇ ਥਾਂ 'ਤੇ ਬੈਠੀ ਹੈ, ਉਹ ਖੁਦਾ ਦੀ ਲਾਨਤ, ਉਹ ਵੀ ਕਿਹੜੇ ਰੰਗ 'ਚ ਸੈਨ ਰੁਬਾਬ ਦੀ ਝੋਲੀ ਖਾਲੀ ਕੀਤੀ ਗਈ, ਉਹਦੀ ਮਾਂ ਨਾ ਠੱਡਾ ਪਾਣੀ ਪੀ ਰਹੀ ਹੈ, ਅਸਗਰ ਦੀ ਮਾਂ ਨਾ ਠੱਡਾ ਪਾਣੀ ਪੀ ਰਹੀ ਹੈ, ਨਾ ਛਾਂ 'ਤੇ ਬਹਿ ਰਹੀ ਹੈ। ਸੈਯਦਾਂ ਦੋ ਵੇਲਿਆਂ ਦੇ, ਇੱਕ ਵੇਲੇ ਸੈਯਦਾਦਾ ਤੁਹਾਡੇ ਤੋਂ ਲੈ ਕੇ ਆਖਰੀ ਬੰਦੇ ਤੱਕ ਹਰ ਆਜ਼ਾਦਾਰ ਦੇ ਸਾਹਮਣੇ ਮੈਂ ਹੱਥ ਜੋੜੇ ਅਤੇ ਮੈਂ ਮਿੰਨਤ ਪਿਆ ਕਰਦਾ, ਕੁਝ ਉਮਲਾ ਸਖਤ ਹੋਵੇ ਲਾ ਇਲਾ ਮਾਫ਼ ਕਰਿਆ ਹੈ, ਲਫ਼ਜ਼ ਲੁਕਾਵਾਂ ਲਾਂਤੀ ਬਣਦਾ, ਮੈਂ ਅਲੀ ਦੀ ਇਮਾਮਤ ਦੀ ਕਸਮ ਹੈ, ਸ਼ੀਆ ਸੁਣੀ ਸਦਾ ਤੋਂ ਮੋਮੀਨ ਮੁਖਤਾਰ ਦਾ ਜੁਮਲਾ ਮੁੱਕਾ, ਇਹ ਕੁੱਤਾ ਹੱਸ ਕੇ ਆਦੇ ਮੁਖਤਾਰ ਤੈਂ ਬਰਦਾਸ਼ਤ ਨਹੀਂ ਕਰਨਾ, ਮੁਖਤਾਰ ਆਦੇ ਨਹੀਂ ਦੱਸ ਕਿਹੜੇ ਰੰਗ 'ਚ ਮਾਰੀ, ਇਹ ਬਗੈਰਤ ਆਦੇ ਮੁਖਤਾਰ, ਮੈਂ ਮਦੀਨੇ ਵਾਲੇ ਸਹੀਦਾਂ ਦਾ ਦੁਸ਼ਮਣ ਹਾਂ, ਤੂੰ ਉਹਨਾਂ ਦਾ ਨੌਕਰ ਹੈ, ਤੇਰੀ ਬਰਦਾਸ਼ਤ ਨਹੀਂ, ਮੁਖਤਾਰਾ ਦੋ ਬਗੈਰਤਾ ਦੱਸ ਕਿਹੜੇ ਰੰਗ 'ਚ ਮਾਰੀ। ਉਸ ਵੇਲੇ ਕੁੱਤਾ ਹੱਸ ਕੇ ਆਦੇ ਮੁਖਤਾਰ, ਜਿਹੜੇ ਵੇਲੇ ਮੈਂ ਸਗੀਰ ਨੂੰ ਤੀਰ ਮਾਰਿਆ, ਉਸ ਵੇਲੇ ਹੁਸੈਨ ਪੁੱਤਰ ਦਾ ਮੂੰਹ ਪਿਆ ਚੁੰਮਦਾ ਹਾਂ।
ਜਿਹੜੇ ਵੇਲੇ ਮੈਂ ਤੀਰ ਵਾਰੇ ਉਸ ਵੇਲੇ ਸਗੀਰ ਦਾ ਪੁੱਤਰ ਸਗੀਰ ਦਾ ਮੂੰਹ ਪਿਆ ਚੁੰਮਦਾ ਹਾਂ, ਮੇਰੇ ਤੀਰ ਦੋ ਕੰਮ ਕੀਤੇ ਨੇ, ਹੁਸੈਨ ਦਾ ਬਾਜ਼ੂ ਅਸਗਰ ਦਾ ਗੱਲ, ਇੱਕ ਜਾਤ ਤੇ ਜੋੜ ਛੱਡੇ। ਮਾਵਾਂ ਦੀਆਂ ਝੋਲੀਆਂ ਦੇ ਆਧਾਰ ਸੁਣਦੇ ਰਹਿੰਦੇ ਹੋ, ਜਿਸ ਵੇਲੇ ਤੀਰ ਲੱਗਾ ਹੀ ਉਸ ਵੇਲੇ ਸ਼ਬੀਰ ਤੀਰ ਦੀ ਨੋਕ ਆਪਣੀ ਬਾਹੀਂ ਚੋਂ ਕੱਢੀ ਆਈ, ਪੁੱਤਰ ਦਾ ਮੂੰਹ ਚੁੰਮ ਕੇ ਸੱਯਦ ਆਦਾ ਤੁਹਾਡਾ ਦਾਦਾ ਆਦਾ ਖੜਾਈ, ਆਖੇ ਤੇ ਤੇਰੇ ਗੱਲ ਦਾ ਤੀਰ ਕੱਢਾਂ। ਉਸ ਵੇਲੇ ਸਗੀਰ ਨਿਮਾਣੀਆਂ ਨਿਗਾਹਾਂ ਪਿਓ ਦਾ ਚਿਹਰਾ ਡੇਕ ਕੇ ਆਦਾ, ਬਾਬਾ ਤੈਂ ਤੀਰ ਕੱਢਣਾ, ਮੇਰੀ ਰੂਹ ਪਰਵਾਜ਼ ਕਰ ਬਹਿਣਾ, ਤੀਰ ਕੱਢਣ ਤੋਂ ਪਹਿਲੇ ਪੁੱਤਰ ਦੀ ਮਿੰਨਤ ਆਈ, ਦਾਦਾ ਇਬਰਾਹੀਮ ਬੁਲਾ, ਦਾਦਾ ਇਸਮਾਈਲ ਬੁਲਾ, ਜ਼ਖਮੀ ਪਹਿਲੂ ਵਾਲੀ ਦਾਦੀ ਬੁਲਾ, ਦਰਵਾਜ਼ੇ ਤੇ ਖਲੋਤੀਆਂ ਬਹਿਣਾਂ ਸੜ ਮਾਰ, ਮੇਰੇ ਗਾਲੀ ਚੋਂ ਨਿਕਲਦਾ ਦੇਖਣ, ਤੈਂ ਹੁਸੈਨ ਦਾ ਤੀਰ ਕੱਢਦਾ ਦੇਖਣ। ਸ਼ੀਆ ਸੁਣੀ ਸਦਾ ਤੋਂ ਮੋਮਨੀਨ, ਜਿਹੜੇ ਵੇਲੇ ਕੁੱਤੇ ਗੱਲ ਕੀਤੀ ਹੈ ਨਾ, ਜਿਹੜੇ ਵੇਲੇ ਮੈਂ ਤੀਰ ਮਾਰਿਆ, ਉਸ ਵੇਲੇ ਹੁਸੈਨ ਸਗੀਰ ਦਾ ਮੂੰਹ ਪਿਆ ਚੁੰਮਦਾ ਹੀ। ਉਸ ਵੇਲੇ ਮੁਖਤਾਰ ਇਹਦੇ ਤੇ ਤਾਜ਼ੀਆਨਿਆਂ ਦੀ ਬਾਰਿਸ਼ ਕੀਤੀ, ਮੁਖਤਾਰ ਇੱਕ ਸਿਪਾਹੀ ਛੱਡੇ, ਉਸ ਸਿਪਾਹੀ ਨੇ ਕਰੀਬ ਛੱਡ ਕੇ ਤੀਰ ਅੰਦਾਜ਼ ਸਿਪਾਹੀ ਨੇ ਕਰੀਬ ਛੱਡ ਕੇ ਆਦੇ ਸਾਹਮਣੇ ਬਹਿਵੰਜ ਤ੍ਰੈਫਲ ਤੀਰ ਲਏ, ਇਸ ਤੀਰ ਦੀਆਂ ਨੋਕਾਂ 'ਤੇ ਜ਼ਹਿਰ ਲਾ, ਇਹ ਤ੍ਰੈਫਲ ਤੀਰ ਕਮਾਣ 'ਚ ਰੱਖ, ਤੂੰ ਜ਼ਮੀਨ 'ਤੇ ਗੋਡੀ ਲਾ, ਤੀਰ ਕਮਾਣ 'ਚ ਰੱਖ, ਮੈਂ ਇਸ਼ਾਰਾ ਕਰਸਾਂ, ਤੂੰ ਇਸ ਕੁੱਤੇ ਦੀ ਗਰਦਨ ਦਾ ਨਿਸ਼ਾਨਾ ਲੈ, ਮੈਂ ਇਸ਼ਾਰਾ ਕਰਨਾ ਨਿਸ਼ਾਨਾ ਲੈ ਕੇ ਤੀਰ ਦੀ ਗਰਦਨ 'ਚ ਇੰਝ ਮਾਰ ਜਿਵੇਂ ਕਰਬਲਾ ਹੁਸੈਨ ਦੇ ਪੁੱਤਰ ਅਸਗਰ ਨੂੰ ਮਾਰੇ। ਜਿਹੜੇ ਵੇਲੇ ਮੁਖਤਾਰ ਗੱਲ ਕੀਤੀ ਹੈ ਤਾਂ ਤੀਰ ਅੰਦਾਜ਼ ਜ਼ਮੀਨ 'ਤੇ ਬੈਠਾ, ਤ੍ਰੈ ਫਲ ਤੀਰ ਇਸ ਕਮਾਣ 'ਚ ਰੱਖਿਆ, ਜਵਾਨੋ ਸ਼ਲ ਬਹਿਣਾ ਨਸੀਬ ਹੋਵੋ, ਚਿੱਟੀਆਂ ਦਾੜੀਆਂ ਲਿਓ ਦੁਆ ਪੇ ਕਰਦਾ, ਸ਼ਲ ਕਹੇ ਬੁੱਢੜੇ ਦੀ ਇੰਨ ਕਮਰ ਨਾ ਟੁੱਟੇ, ਜਿਵੇਂ ਡਾ ਮੁਹਰਮ ਦੀ ਢਲਦੀ ਡੀਗਰ ਅਕਬਰ ਦੇ ਬਾਬੇ ਦੀ ਟੁੱਟ ਗਈ ਏ। ਇਤਰੀਆਂ ਦੁਆਵਾਂ ਦੇ ਬਾਅਦ ਅਗਲਾ ਜੁਮਲਾ ਪਿਆ ਗੁਜ਼ਾਰਿਸ਼ ਕਰਦਾ, ਜਿਹੜੇ ਵੇਲੇ ਮੁਖਤਾਰ ਇਸ਼ਾਰਾ ਦੇਵਣ ਲੱਗੇ, ਇਸ ਕੁੱਤੇ ਮੁਖਤਾਰ ਦਾ ਤਰਲਾ ਕੀਤਾ, ਮੇਰੀਆਂ ਦੋ ਦਰਖਾਸਤਾਂ, ਦੂਚ ਇੱਕ ਮੰਨ ਲੈ, ਦੋਵੇਂ ਮੰਨ ਲੈ, ਮਰਨ ਤੋਂ ਪਹਿਲੇ ਮੇਰੀਆਂ ਦੋ ਦਰਖਾਸਤਾਂ। ਮੁਖਤਾਰਾ ਦੋ ਬਗੈਰ ਤਾਂ ਬਕਵਾਸ ਕਰਕੇ ਆਖਣਾ ਚਾਹੁੰਦਾ, ਇਹ ਬੇਗੈਰਤ ਆਦਾ ਮੁਖਤਾਰ, ਨਬੀ ਦੀ ਸ਼ਰੀਅਤ ਆਦੀ ਹੈ ਜਿਸ ਨੂੰ ਮਾਰੋ ਉਸ ਨੂੰ ਤੱਸਾ ਨਾ ਮਾਰੋ, ਸ਼ੀਆ ਸੁਣੀਓ ਤੱਸ ਦਾ ਨਾ ਆਏ। ਮੁਖਤਾਰਾ ਦਾ ਕੀ ਆਖਣਾ ਚਾਹੁੰਦਾ, ਬੇਗੈਰਤ ਆਦੇ ਤੇਰੇ ਸਿਪਾਹੀਆਂ ਮੈਨੂੰ ਭਜਾ ਭਜਾ ਕੇ ਗ੍ਰਿਫਤਾਰ ਕੀ ਦੇ, ਮੁਖਤਾਰ ਮੈਂ ਡਾਡਾ ਤੱਸਾ, ਮਿਹਰਬਾਨੀ ਕਰ ਬਾਦ ਤੀਰ ਚਲਾਵਣ ਦਾ ਆਰਡਰ ਦੇਵੀ, ਪਹਿਲੇ ਮੈਨੂੰ ਪਾਣੀ ਪਿਲਾ, ਮੈਂ ਡਾਡਾ ਤੱਸਾ, ਨਬੀ ਦੀ ਸ਼ਰੀਅਤ ਆਦੀ ਹੈ ਤੱਸਾ ਨਾ ਮਾਰੋ। ਮੁਖਤਾਰ ਦੇ ਮੂੰਹ ਤੇ ਜ਼ੋਰ ਦਾ ਤਮਾਚਾ ਮਾਰ ਕੇ ਦੇ, ਖੁਦਾ ਦੀ ਲਾਨਤ ਤੋਂ ਵੀ ਅੱਜ ਨਬੀ ਦੀ ਸ਼ਰੀਅਤ ਯਾਦ ਆਈ ਆਈ, ਉਸ ਵੇਲੇ ਯਾਦ ਨਾ ਆਈ ਜਦਾ ਕਰਬਲਾ ਦੇ ਮੈਦਾਨ 'ਚ ਹੁਸੈਨ 6 ਮਹੀਨੇ ਦੇ ਪੁੱਤਰ ਨੂੰ ਚਾ ਕੇ ਇੱਕ ਘੁੱਟ ਪਾਣੀ ਦਾ ਮੁਤਾਲਬਾ ਕਰਕੇ ਆਦੇ, ਇੱਕ ਘੁੱਟ ਦਿਓ ਮੇਰਾ ਤ੍ਰੈ ਦਿਹਾੜੇ ਦਾ ਤੱਸਾ, ਭਲਾ ਹੋਵੇ, ਭਲਾ ਹੋਵੇ ਤੇਰੀ ਨਸਲ ਆਬਾਦ ਹੋਵੇ। ਜਿਹੜੀ ਗਰਦ ਲੈ ਕੇ ਬੈਠੋ ਕੋਸ਼ਿਸ਼ ਜ਼ਰੂਰ ਕਰ ਲੈ, ਮੁਖਤਾਰਾ ਦਾ ਮੈਂ ਕੋਈ ਨਹੀਂ ਮੰਨਣੀ, ਇਹ ਬੇਗੈਰਾ ਤੁਹਾਡੇ ਮੁਖਤਾਰ ਕਰੇ ਗੱਲ ਨਹੀਂ ਮੰਨਦਾ ਵਾਧੂ ਜੀ ਮਨ, ਮੁਖਤਾਰਾ ਦਾ ਕਿਹੜੀ, ਇਹ ਕੁੱਤਾ ਦੇ ਉਹ ਡੇਕ, ਤੇਰੇ ਦਰਬਾਰ 'ਚ ਮੇਰੀ ਭੈਣ ਆਈ ਖੜੀ ਏ, ਮੇਰੀ ਭੈਣ ਆਈ ਖੜੀ ਏ, ਮੇਰੇ ਗ੍ਰਿਫਤਾਰ ਹੋਵਣ ਤੂੰ ਪਹਿਲੇ ਤੇਰੇ ਦਰਬਾਰ 'ਚ ਆਈਏ। ਮੁਖਤਾਰ ਭੈਣਾਂ ਬਰਦਾਸ਼ਤ ਨਹੀਂ ਕਰਨੀਆਂ ਜੋ ਭੈਣਾਂ ਦੇ ਸਾਹਮਣੇ ਬਿਰਾ ਮਰੀਂਦੇ ਹੋਵੇ, ਭੈਣਾਂ ਬਰਦਾਸ਼ਤ ਨਹੀਂ ਕਰਦੀਆਂ ਜਿਨ੍ਹਾਂ ਦੇ ਹੱਥ ਜਨਾਬ ਅਬਾਸ ਦੀ ਅਮਾਨਤ ਸੀਨਾ ਪਿਆਰਾ ਨਾ ਕਰਿਆ ਹੈ। ਮੈਨੂੰ ਹੁਸੈਨ ਦੀ ਇੱਜ਼ਤ ਦੀ ਕਸਮ ਹੈ, ਬਗੈਰਤ ਦੇ ਅਗਰ ਮੈਨੂੰ ਮਾਰਨੇ, ਮੇਰੀ ਭੈਣ ਨੂੰ ਦਰਬਾਰ 'ਚ ਬਾਹਰ ਕੱਢ ਛੋੜ, ਅਗਰ
ਅਗਰ ਮੈਂ ਮਾਣੇ ਮੇਰੀ ਭੈਣ ਦੇ ਸਾਹਮਣੇ ਨਾ ਮਾਰ, ਉਸ ਵੇਲੇ ਮੁਖਤਾਰ ਦੇ ਮੂੰਹ ਤੇ ਤਮਾਚਾ ਮਾਰ ਕੇ ਆਲੇ ਅੱਲਾ ਦੀ ਲਾਨਤ ਹੋਵੀ। ਹੁਣ ਪਤਾ ਲੱਗਦਾ ਹੀ ਜੋ ਭੈਣਾਂ ਬਰਦਾਸ਼ਤ ਨਹੀਂ ਕਰ ਸਕਦੀਆਂ, ਉਹ ਵੀ ਤਾਂ ਕਿਸਾ ਦੀ ਭੈਣ ਆਈ ਜਿਹੜੀ ਆਦੀ ਆਈ, ਆਪਣਾ ਤੀਰ ਵੀ ਵੇਖ ਮੇਰੇ ਸਗੀਰ ਦਾ ਗੱਲ ਵੀ ਵੇਖ, ਆਪਣਾ ਤੀਰ ਵੇਖ ਮੇਰਾ ਤੇ ਬੋਲੀ ਵੀ ਨਹੀਂ ਬੋਲ ਸਕਦਾ। ਅੱਲਾ ਅੱਲਾ।